ਤੁਹਾਨੂੰ ਪਹਿਲੇ ਦੱਸੂ ਕਿ ਇਹਦੇ ਜਿਹੜਾ ਫਾਇਦੇ ਕੀ ਨੇ ਮੈਡੀਸਨ ਨਹੀਂ ਹੈ ਜੀ ਇਹ ਫੂਡ ਸਪਲੀਮੈਂਟ ਆ ਇਹ ਆਪਣੀ ਭੋਜਨ ਦਾ ਹਿੱਸਾ ਹੋਣਾ ਚਾਹੀਦਾ 25% ਸ਼ੂਗਰ ਡਾਊਨ ਕਰਦਾ ਕੋਲੇਸਟ੍ਰੋਲ 50% ਡਾਊਨ ਕਰਦਾ ਔਰ ਤੁਸੀਂ ਗਠੀਏ ਤੇ ਬਹੁਤ ਜ਼ਿਆਦਾ ਇਹਦਾ ਮਤਲਬ ਜਿਹੜਾ ਅਸਰ ਹੈ ਗਠੀਏ ਨੂੰ ਬਹੁਤ ਕੰਟਰੋਲ ਕਰਦਾ ਤੁਸੀਂ ਇਹ ਵੇਖੋ ਵੀ ਬੀਪੀ ਤੇ ਸਕਿਨ ਤੇ ਅੱਖਾਂ ਤੇ ਮਹ ਬ੍ਰੇਨ ਤੇ ਜਿਹੜੇ ਕਈ ਮੰਦ ਬੁੱਧੀ ਬੱਚੇ ਹੁੰਦੇ ਆ ਉਹਨਾਂ ਤੇ ਕੰਮ ਕਰਦਾ ਹੈ ਹੋਰ ਵੇਖੋ ਵੀ ਕੈਂਸਰ ਤੇ ਇਹਦਾ ਬੜਾ ਵਧੀਆ ਰਿਜ਼ਲਟ ਆਉਂਦਾ ਹੈ ਅਸਲ ਦੇ ਵਿੱਚ ਤਾਂ ਇਹ ਪਾਊਡਰ ਦੇ ਰੂਪ ਚਾ ਔਰ ਗੋਲੀਆਂ ਦੇ ਰੂਪ ਚ ਹੀ ਲਿਆ ਜਾਂਦਾ ਕਈ ਵਾਰੀ ਪਾਊਡਰ ਲੈਣਾ ਥੋੜਾ ਜਿਹਾ ਔਖਾ ਲੱਗਦਾ ਹੈ ਬੰਦੇ ਨੂੰ ਤਾਂ ਉਹ ਟੈਬਲੇਟ ਐ 500mg ਦੀ ਬਣ ਜਾਂਦੀ ਹੈ ਤਾਂ ਉਹ ਟੈਬਲੇਟ ਲੈਂਦੇ ਨੇ ਇਹ ਹੈ ਕਿ ਕੀ ਚੀਜ਼ ਹੈ ਜਿਹੜੀ ਬੋਡੀ ਨੂੰ ਸਾਡੇ ਨੂੰ ਮਿਲ ਜਾਂਦੀ ਹੈ ਖਾਣ ਦੇ ਲੈ ਨਾਲੋਂ 15 ਗੁਣਾ ਵੱਧ ਪੋਟਾਸ਼ੀਅਮ ਇਹਦੇ 'ਚ ਅੱਛਾ ਦੁੱਧ ਨਾਲੋਂ 17 ਗੁਣਾ ਵੱਧ ਕੈਲਸ਼ੀਅਮ ਹੂੰ ਸੰਤਰੇ ਨਾਲੋਂ 7 ਗੁਣਾ ਵੱਧ ਵਿਟਾਮਿਨ ਸੀ ਹੈ ਜੀ ਹਰ ਚੀਜ਼ ਇਹ ਜੋ ਆਇਰਨ ਪਾਲਕ ਦਾ ਸਭ ਤੋਂ ਵੱਡਾ ਸੋਰਸ ਹੈ ਪਾਲਕ ਨਾਲੋਂ 25 ਗੁਣਾ ਵੱਧ ਆਇਰਨ ਹੈ ਇਹਦੇ ਵਿੱਚ ਉਹ ਬੀਟ ਵਾਲੋ ਇਹਦੇ ਵਿੱਚ ਹੈ ਮੈਗਨੀਸ਼ੀਅਮ ਹੈ ਸੇਲੇਨੀਅਮ ਹੈ ਤੁਸੀਂ ਪੜਿਆ ਪਿਆ ਜੀ ਸਤਿ ਸ੍ਰੀ ਅਕਾਲ ਮੈਂ ਜਸਪਾਲ ਮਾਨ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਮੱਡ ਟੀਵੀ ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਸਿਹਤ ਬਾਰੇ ਸਿਹਤ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਖਾਸ ਮਹਿਮਾਨ ਨੇ ਉਹਨਾਂ ਦੇ ਨਾਲ ਗੱਲਬਾਤਾਂ ਕਰਾਂਗੇ ਸਿਹਤ ਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਖਾਣ ਪੀਣ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਅਸੀਂ ਖਾਂਦੇ ਪੀਂਦੇ ਆ ਰਹੇ ਆ ਤਾਂ ਜੇ ਸਾਡਾ ਖਾਣ ਪੀਣ ਸਹੀ ਆ ਤਾਂ ਇਹ ਕਿਤੇ ਨਾ ਕਿਤੇ ਜਾ ਕੇ ਸਾਡੇ ਲਈ ਅੰਮ੍ਰਿਤ ਆ ਪਰ ਜੇ ਸਾਡਾ ਖਾਣ ਪੀਣ ਖਰਾਬ ਆ ਸਾਡੇ ਖਾਣ ਪੀਣ ਦਾ ਤਰੀਕਾ ਸਹੀ ਨਹੀਂ ਹੈ ਤਾਂ ਉਹ ਸਾਡੇ ਲਈ ਜ਼ਹਿਰ ਬੰਦਾ ਜਾ ਰਿਹਾ ਪਰ ਇਸ ਜ਼ਹਿਰ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਸੁਧਾਈ ਕਰ ਸਕਦੇ ਆ ਇਦੇ ਲਈ ਕੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਖਾਣੀਆਂ ਚਾਹੀਦੀਆਂ ਨੇ ਜਾਂ ਕੀ ਕੁਦਰਤੀ ਦੇਣਾ ਜਿਹਨੂੰ ਅਸੀਂ ਵਰਤ ਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਆ ਆਪਣੇ ਆਪ ਨੂੰ ਵੱਡੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦੇ ਛੁਟਕਾਰਾ ਪਾ ਸਕਦੇ ਆ ਸੋ ਇਸ ਚੀਜ਼ ਦੇ ਲਈ ਸਾਡੇ ਨਾਲ ਇੱਕ ਖਾਸ ਮਹਿਮਾਨ ਜੁੜੇ ਨੇ ਸਾਡੇ ਨਾਲ ਖੁਸ਼ਪਿੰਦਰ ਜੀ ਸਾਡੇ ਨਾਲ ਜੁੜੇ ਨੇ ਖੁਸ਼ਪਿੰਦਰ ਬਰਾੜ ਜੀ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਦਰਅਸਲ ਸਾਂਝਣੇ ਦੀ ਖੇਤੀ ਕਰਦੇ ਨੇ ਜਿਹਨੂੰ ਸਾਂਝਣਾ ਵੀ ਆਖ ਦਿੰਦੇ ਨੇ ਸਹਿਜ ਵੀ ਆਖ ਦਿੰਦੇ ਨੇ ਮੋਰਿੰਗਾ ਵੀ ਆਖ ਦਿੰਦੇ ਨੇ ਤਾਂ ਉਹਦੇ ਕੀ ਕੀ ਫਾਇਦੇ ਨੇ ਕਿਸ ਤਰ੍ਹਾਂ ਦੇ ਨਾਲ ਉਹ ਸਾਡੇ ਵਰਤੋਂ ਦੇ ਵਿੱਚ ਹੁੰਦਾ ਆਨ ਜਨ ਜੀਵਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਨਾਲ ਉਹਨੂੰ ਵਰਤ ਸਕਦੇ ਹਾਂ ਉਹ ਸਭ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਰਾਟ ਸਾਹਿਬ ਤੁਹਾਡਾ ਸਵਾਗਤ ਆ ਥੈਂਕ ਯੂ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਪੰਜਾਬੀ ਲੋਕਮਤ ਟੀਵੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਮੌਕਾ ਦਿੱਤਾ ਤੁਸੀਂ ਲੋਕਾਂ ਦੇ ਰੂਬਰੂ ਹੋਣ ਦਾ ਜੀ ਪੰਜਾਬ ਲੋਕਮਤ ਟੀਵੀ ਦੀ ਪੂਰੀ ਟੀਮ ਤੁਹਾਡਾ ਸਵਾਗਤ ਵੀ ਕਰਦੀ ਹੈ ਨਾਲ ਦੀ ਨਾਲ ਬਹੁਤ-ਬਹੁਤ ਜੀ ਤੁਹਾਡਾ ਧੰਨਵਾਦ ਹਾਂਜੀ ਬ੍ਰਾਡਰ ਸਾਹਿਬ ਸਭ ਤੋਂ ਪਹਿਲਾਂ ਇਹ ਆ ਕਿ ਸੁਣਦੇ ਆ ਸੰਜਣਾ ਨਾ ਪਰ ਲੋਕ ਕਿਤੇ ਨਾ ਕਿਤੇ ਜਾਗਰਤ ਨਹੀਂ ਜਾਂ ਲੋਕਾਂ ਨੂੰ ਪਤਾ ਨਹੀਂ ਹੈ ਹਾਂਜੀ ਬਿਲਕੁਲ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹਦੇ ਜਿਹੜਾ ਫਾਇਦੇ ਕੀ ਨਹੀਂ ਜਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਮੋਟੀਆਂ-ਬੋਟੀਆਂ ਜੀ ਆਪਾਂ ਗੱਲ ਕਰ ਲਈਏ ਕਿ ਜਿੱਥੇ ਕੰਮ ਆਉਂਦਾ ਹੈ ਸੰਜਣਾ ਹਾਂ ਮਾਂਸਾ ਬੇਸੀ ਤਾਂ ਜਿਵੇਂ ਆਯੁਰਵੇਦ ਦੇ ਹਿਸਾਬ ਨਾਲ ਇਹ 300 ਬਿਮਾਰੀ ਦਾ ਇਲਾਜ ਕਰਦਾ ਹੈ ਸਮਝ ਨਾਲ ਇਹਨੂੰ ਸਹਿਜਨ ਵੀ ਕਹਿੰਦਾ ਹੈ ਕਹਿੰਦੇ ਨੇ ਬੋਟੈਨੀਕਲ ਨਾਮ ਇਹਦਾ ਮਰਿੰਗਾ ਹੈ ਜੀ ਤਾਂ ਉਹ ਚਲੋ ਇਹ ਬਹੁਤ ਵੱਡਾ ਵਿਸ਼ਾ ਹੈ ਉਹਦੇ ਆਪਾਂ ਉਸ ਤੋਂ ਤੱਕ ਜੇ ਕੋਈ ਮਤਲਬ ਆਯੁਰਵੇਦ ਦਾ ਡਾਕਟਰ ਹੈ ਜਾਂ ਉਹਦੇ ਰਿਸਰਚਰ ਨੇ ਤਾਂ ਉਹ ਇਹ ਦੱਸ ਸਕਦੇ ਨੇ ਬੈਟਰ ਹਨਾ ਆਪਾਂ ਇਹ ਖੇਤੀ ਨੂੰ ਬਣਾਇਆ ਪੜ੍ਹ ਕੇ ਸੁਣ ਕੇ ਔਰ ਅਸੀਂ ਇਹਦੇ ਤਜਰਬੇ ਦੇਖੇ ਆ ਵੀ ਕੀ ਨਿਕਲਿਆ ਉਹਦੇ ਅਨਸਾਰ ਜਿਵੇਂ ਆਪਾਂ ਦੇਖਿਆ ਵੀ 슈ਗਰ ਨੂੰ ਇਹ ਕੰਟਰੋਲ ਕਰਦਾ ਜੀ 20-25% 슈ਗਰ ਡਾਊਨ ਕਰਦਾ ਕੋਲੇਸਟ੍ਰੋਲ 50% ਡਾਊਨ ਕਰਦਾ ਔਰ ਤੁਸੀਂ ਗਠੀਏ ਤੇ ਬਹੁਤ ਜ਼ਿਆਦਾ ਇਹਦਾ ਮਤਲਬ ਜਿਹੜਾ ਅਸਰ ਹੈ ਗਠੀਏ ਨੂੰ ਬਹੁਤ ਕੰਟਰੋਲ ਕਰਦਾ ਤੁਸੀਂ ਇਹ ਵੇਖੋ ਵੀ ਬੀਪੀ ਤੇ ਸਕਿਨ ਤੇ ਅੱਖਾਂ ਤੇ ਬ੍ਰੇਨ ਤੇ ਜਿਹੜੇ ਕਈ ਮੰਦਬੁੱਧੀ ਬੱਚੇ ਹੁੰਦੇ ਆ ਉਹਨਾਂ ਤੇ ਕੰਮ ਕਰਦਾ ਹੈ ਹੋਰ ਵੇਖੋ ਵੀ ਕੈਂਸਰ ਤੇ ਇਹਦਾ ਬੜਾ ਵਧੀਆ ਰਿਜ਼ਲਟ ਆਉਂਦਾ ਹੈ अच्छा पर वो मतलब वो ਲੈਣਾ ਹੈ ਜਾਂ ਕਿੰਨੇ ਸਮੇਂ ਚਾਉਂਦਾ ਹੈ ਇਹ ਖੋਜਦਾ ਵੀ ਵਿਸ਼ਾ ਜੀ ਕਿਉਂਕਿ ਅਸੀਂ ਦੋ ਮਤਲਬ ਪਿਛਲੇ 3-4 ਸਾਲਾਂ ਤੋਂ ਜੁੜੇ ਆ ਪਹਿਲਾਂ ਇਹਦੀ ਖੇਤੀ ਕਰੀ ਹੈ ਤੇ ਫਿਰ ਹੌਲੀ-ਹੌਲੀ ਇਹਦੇ ਰਿਜ਼ਲਟ ਲੈ ਰਹੇ ਆ ਜੀ ਤੇ ਇਹ ਤਾਂ ਮੇਰੇ ਹਿਸਾਬ ਨਾਲ ਵੀ ਸਰ ਹਰ ਗੱਲ ਤੇ ਇਹ ਕਿਉਂਕਿ ਇਹ ਫੂਡ ਸਪਲੀਮੈਂਟ ਹੈ ਇੱਕ ਇਹ ਕੋਈ ਮੈਡੀਸਿਨ ਨਹੀਂ ਆ ਤਾਂ ਸਭ ਤੋਂ ਪਹਿਲੀ ਗੱਲ ਜਿਹੜਾ ਮੈਡੀਸਿਨ ਨਹੀਂ ਕਹੇ ਸੀ ਨਹੀਂ ਹੈ ਮੈਡੀਸਿਨ ਨਹੀਂ ਹੈ ਜੀ ਇਹ ਫੂਡ ਸਪਲੀਮੈਂਟ ਆ ਤਾਂ ਇਹ ਮਤਲਬ ਬੜੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਬਿਮਾਰੀਆਂ ਨੂੰ ਇਹ ਆਪਣੇ ਭੋਜਨ ਦਾ ਹਿੱਸਾ ਹੋਣਾ ਚਾਹੀਦਾ अच्छा मान लो किसी बंदे नु कैंसर ਆ ਜਾ ਬੀਪੀ ਆ ਨਾ ਮਤਲਬ ਉਹ ਕਿਸ ਤਰੀਕੇ ਦੇ ਨਾਲ ਲਵੇ ਕਿਵੇਂ ਨੂੰ ਕਿਉਂਕਿ ਸਾਡੇ ਲੋਕ ਠੀਕ ਆ ਸੁਣ ਲੈਂਦੇ ਆ ਅਸੀਂ YouTube ਤੇ ਦੇਖ ਲੈਂਦੇ ਆ ਪਰ ਉਹਦਾ ਵਰਤਨ ਦਾ ਤਰੀਕਾ ਨਹੀਂ ਪਤਾ ਹੁੰਦਾ ਇਹ ਮਾਨਸਾ ਵਸਤਰਾ ਹੈ ਵੀ ਅਸਲ ਦੇ ਵਿੱਚ ਤਾਂ ਇਹਦੇ ਆਸਤੇ ਪੂਰੀ ਭਰਪੂਰ ਖੋਜ ਹੋਣੀ ਬਣਦੀ ਆ ਹਮ ਮਤਲਬ ਤੁਸੀਂ ਇਹ ਵੇਖੋ ਵੀ ਯੂਨੀਵਰਸਿਟੀ ਅਜੇ ਤੱਕ ਇਹਦੇ ਚ ਇਹਨਾਂ ਨੇ ਕੋਈ ਰੋਲ ਅਦਾ ਨਹੀਂ ਕੀਤਾ ਸਾਡਾ ਖੇਤੀਬਾੜੀ ਡਿਪਾਰਟਮੈਂਟ ਹੈ ਮਤਲਬ ਇਹ ਵੇਖੋ ਵੀ ਬਾਗਬਾਨੀ ਵਿਭਾਗ ਆ ਉਹ ਬੜੇ ਅਜੇ ਇਹਦੇ ਤੋਂ ਦੂਰ ਬੈਠੇ ਆ ਰਿਸਰਚ ਹੋਣੀ ਬਣਦੀ ਆ ਵੀ ਇਹ ਕਿਹੜੀ ਚੀਜ਼ ਤੇ ਕਿੰਨਾ ਇੰਪੈਕਟ ਕਰਦੀ ਆ ਤੁਸੀਂ ਇਹ ਵੇਖੋ ਅਮਰੀਕਾ ਦੀ ਰਿਸਰਚ ਪੜੋ ਉਹਨਾਂ ਉਹ ਕਿੱਥੋਂ ਤੱਕ ਪਹੁੰਚ ਚੁੱਕੇ ਆ ਬੰਦੇ ਅਸਲ ਦੇ ਵਿੱਚ ਤਾਂ ਇਹ ਪਾਊਡਰ ਦੇ ਰੂਪ ਚਾਹ ਔਰ ਗੋਲੀਆਂ ਦੇ ਰੂਪ ਚ ਹੀ ਲਿਆ ਜਾਂਦਾ ਕਈ ਵਾਰੀ ਪਾਊਡਰ ਲੈਣਾ ਥੋੜਾ ਜਿਹਾ ਔਖਾ ਲੱਗਦਾ ਹੈ ਬੰਦੇ ਨੂੰ ਤਾਂ ਉਹ ਟੈਬਲੇਟ ਐ 500mg ਦੀ ਬ ਜਿਹੜੇ ਬਾਜ਼ਾਰ ਚੋਂ ਮਿਲ ਜਾਂਦੇ ਜਿਹੜੀਆਂ ਬਾਜ਼ਾਰ ਚੋਂ ਮਿਲ ਜਾਂਦੀਆਂ ਇਹਨਾਂ ਥੋੜਾ ਜਿਹਾ ਇਹ ਆ ਵੀ ਤੁਸੀਂ ਖੁਦ ਹੀ ਪੱਤੇ ਹਰਦਾਂ ਦੇ ਹੁਣ ਅਵੇਲੇਬਲ ਹੁੰਦਾ ਜਾਂਦਾ ਪੱਤੇ ਸੁਕਾ ਕੇ ਤਾਂ ਤੁਸੀਂ ਪਾਊਡਰ ਦੇ ਰੂਪ ਚ ਹੀ ਲਓ ਤਾਂ ਇਹ ਬੈਟਰ ਹੈ ਹੂੰ ਆ ਦੂਸਰੀ ਗੱਲ ਇਹ ਆ ਵੀ ਇਹ ਗਰਮ ਹੁੰਦਾ ਥੋੜਾ ਜਿਹਾ ਇਹ ਤਸੀਰ ਗਰਮ ਹੈ ਅੱਛਾ ਠੀਕ ਹੈ ਜੀ ਕਈ ਬੰਦਿਆਂ ਨੂੰ ਇਹ ਇੱਕ ਟੈਬਲੇਟ ਲੈਣੀ ਬੜੀ ਔਖੀ ਲੱਗਦੀ ਆ ਤਾਂ ਉਹ ਠੰਡੇ ਦੁੱਧ ਨਾਲ ਲੈ ਸਕਦਾ ਮੈਂ ਥੋੜੇ ਸਮੇਂ ਪਹਿਲਾਂ ਹੀ ਮੈਨੂੰ ਇਹਦਾ ਰਿਜ਼ਲਟ ਮਿਲਿਆ ਤਾਂ ਅਸੀਂ ਇਹ ਸੋਚਿਆ ਮੰਨ ਲਓ ਕਿਸੇ ਨੂੰ ਵੀ ਲੱਗਦਾ ਕੇ ਆਰਬੀ ਇਹ ਗਰਮੀ ਆ ਜਾਂ ਹਾਂ ਗਰਮ ਤਸੀਰਾਂ ਤਾਂ ਉਹ ਠੰਡੇ ਦੁੱਧ ਨਾਲ ਲੈ ਸਕਦਾ ਹਾਂਜੀ ਹਾਂਜੀ ਤਾਂ ਉਹਨੂੰ ਮੈਂ ਜਿਵੇਂ ਹੁਣ ਮੈਂ ਦੋ ਟੈਬਲੇਟ ਆਰਾਮਦਾਰੀ ਨਾਲ ਲੈ ਲਿਆ ਮੈਨੂੰ ਕੋਈ ਕਦੇ ਪ੍ਰੋਬਲਮ ਨਹੀਂ ਆਈ ਤਿੰਨ ਵੀ ਲੈ ਲੈਣਾ ਹਾਂ ਨਾ ਜੀ ਤੇ ਕਈ ਬੰਦੇ ਇਸ ਤਰ੍ਹਾਂ ਦੇ ਸਾਡੇ ਉਹਨਾਂ ਤੋਂ ਇੱਕ ਵੀ ਨਹੀਂ ਲਿਆ ਜਾਂਦਾ ਅੱਛਾ ਇਹਦੇ ਅਲੱਗ-ਅਲੱਗ ਬੋਡੀ ਦੇ ਹਿਸਾਬ ਨਾਲ ਅਲੱਗ-ਅਲੱਗ ਇਹਦਾ ਮਤਲਬ ਅਸਰ ਹੈ ਤਾਂ ਜਦੋਂ ਕਿਸੇ ਨੂੰ ਬਿਮਾਰੀ ਆ ਤਾਂ ਉਹ ਥੋੜੇ ਤੋਂ ਸ਼ੁਰੂ ਕਰੇ ਔਰ ਉਹ ਦੇਖੇ ਵੀ ਕਿੰਨਾ ਉਹਦਾ ਸਰੀਰ ਮਤਲਬ ਇਹਨੂੰ ਅਡਾਪਟ ਕਰਦਾ ਤਾਂ ਉਸ ਹਿਸਾਬ ਨਾਲ ਉਹ ਲਵੇ ਰ ਨੁਕਸਾਨ ਤਾਂ ਇਹਦਾ ਕੋਈ ਹੈ ਨਹੀਂਗਾ ਜੀ ਪਰ ਇਹ ਤੁਹਾਡੇ ਸਰੀਰ ਤੇ ਮਰਸਰ ਕਰਦਾ ਅੱਛਾ ਜਿਹੜੇ ਬੀਪੀ ਜਾਂ ਸ਼ੂਗਰ ਆ ਉਹ ਕਿਵੇਂ ਮਤਲਬ ਇਹਨੂੰ ਵਰਤਣਾ ਉਹ ਟੈਬਲੇਟ ਹੀ ਹੈ ਜੀ। ਹਾਂ ਜਦੋਂ ਖਾਣੇ ਤੋਂ ਬਾਅਦ ਆਪਾਂ ਇਹਦੀ ਟੈਬਲੇਟ ਲੈਣੀ ਹੈ ਜਿਵੇਂ ਆਪਾਂ ਦੂਜੇ ਫੂਡ ਸਪਲੀਮੈਂਟ ਲੈਣੇ ਆ ਜੀ। ਅੱਛਾ ਇਸੇ ਤਰ੍ਹਾਂ ਦੇ ਨਾਲ ਕੈਂਸਰ ਆ ਜਾਂ ਕੋਈ ਹੋਰ ਬਿਮਾਰੀ ਆ? ਬਿਲਕੁਲ ਬਿਲਕੁਲ ਉਹੀ ਤਰੀਕਾ ਹੈ ਜੀ ਤਕਰੀਬਨ। ਜੇ ਮੰਨ ਲਓ ਕਿਸੇ ਨੇ ਗੋਲੀਆਂ ਨਹੀਂ ਆਪਣੇ ਆਮ ਪਿੰਡਾਂ ਤੱਕ ਬੂਟਾ ਤਾਂ ਕਿਤੇ ਮਿਲ ਜਾਂਦਾ ਹੈ ਨਾ। ਮਿਲ ਜਾਂਦਾ ਹਾਂਜੀ। ਉਹ ਬੂਟਾ ਮਿਲ ਜਾਂਦਾ ਪਰ ਉਹ ਗੋਲੀਆਂ ਜੇ ਕਹਿ ਲਓ ਕਿ ਇੱਕ ਤਾਂ ਇਹ ਵੀ ਹੋ ਸਕਦਾ ਮੈਨੂੰ ਪਤਾ ਨਹੀਂ ਬਾਜ਼ਾਰ ਦੇ ਵਿੱਚ ਇਹਦੀ ਕੀ ਕੀਮਤ ਚੱਲਦੀ ਹੋਵੇਗੀ। ਹਾਂਜੀ ਹਾਂਜੀ। ਮਾਰਕੀਟ ਦੇ ਵਿੱਚ ਪਰ ਹੋ ਸਕਦਾ ਮਹਿੰਗੀ ਲੱਗਦੀ ਹੋਵੇ ਕਿਸੇ ਦੀ ਨਾ ਪਹੁੰਚ ਹੋ ਔਰ ਛਾਂ ਦੇ ਵਿੱਚ ਸੁਕਾਉਂਦੇ ਆਂ ਜੀ ਤਕਰੀਬਨ 15-20 ਦਿਨਾਂ ਦੇ ਵਿੱਚ ਇਹ ਸੁੱਕ ਜਾਂਦੇ ਆ ਉਸ ਤੋਂ ਬਾਅਦ ਕਰੇ ਮਿਕਸਰ ਗ੍ਰੇਂਡਰ ਆਪਣੇ ਹੈਗੇ ਪਾਊਡਰ ਬਣਾ ਕੇ ਜਿਵੇਂ ਅਸੀਂ ਤਾਂ ਇਸ ਤਰ੍ਹਾਂ ਹੋਰ ਵੀ ਹੈ ਜਦੋਂ ਆਪਾਂ ਕੋਈ ਦਾਲ ਸਬਜ਼ੀ ਬਣਾਉਣੀ ਹੈ ਉਹਦੇ ਵਿੱਚ ਪਹਿਲਾਂ ਨਾ ਪਾਇਆ ਜਾਵੇ ਜਦੋਂ ਉਹ ਬਣ ਕੇ ਤਿਆਰ ਹੋ ਜਾਂਦੀ ਹੈ ਉਦੋਂ ਮਤਲਬ ਥੋੜਾ ਜਿਹਾ ਇਹਦੇ ਜੀ 2-2 ਚਮਚੇ ਉਹਦੇ ਪਾ ਲਿਆ ਕਰਨ ਸਾਰੇ ਮਤਲਬ ਉਸ ਪਾਊਡਰ ਦੇ ਉਸ ਪਾਊਡਰ ਦੇ ਹੈ ਨਾ ਜੀ ਅਸੀਂ ਤਾਂ ਇਹ ਤਰੀਕਾ ਸੌਖਾ ਬਣਾਇਆ ਵਾ ਕਿਉਂਕਿ ਹਰ ਬੱਚੇ ਨੂੰ ਦੇਣਾ ਜਾਂ ਹੋਰ ਦੇਣਾ ਬੜਾ ਔਖਾ ਬੱਚੇ ਖਾਂਦੇ ਨਹੀਂਗੇ ਜੀ ਤਾਂ ਇਸ ਕਰਕੇ ਫੈਮਿਲੀ ਹੈ ਜਿਹੜੀ ਉਹ ਲੈ ਲੂ ਸਾਰੇ ਉਹ ਫੈਮਿਲੀ ਨੂੰ ਲਿਆ ਜਾਂਦਾ ਪਹਿਲਾਂ ਵੀ ਨਾ ਪਾਓ ਵੀ ਕਿਉਂਕਿ ਆਪਣੇ ਜਿਹੜੇ ਖਾਣਾ ਬਣਾਉਣ ਦੇ ਤਰੀਕੇ ਬੜੇ ਗਲਤ ਆ ਆਪਾਂ ਹਰ ਇੱਕ ਚੀਜ਼ ਨੂੰ ਸਾੜ ਹੀ ਦਿੰਨੇ ਆ ਮਤਲਬ ਉਹਦੇ ਸਾਰੇ ਤੱਤਾ ਖਤਮ ਹੀ ਕਰ ਦਿੰਨੇ ਆ ਜੀ ਚਾਹੇ ਆਟਾ ਹੋਵੇ ਚਾਹੇ ਸਬਜ਼ੀਆਂ ਹੋਣ ਤਾਂ ਇਹ ਮਤਲਬ ਜਦੋਂ ਬਣ ਜਾਂਦੀ ਹੈ ਤਾਂ ਕੋਈ ਟੇਸ ਨਹੀਂ ਆਉਂਦਾ ਕੋਈ ਪਤਾ ਨਹੀਂ ਲੱਗਦਾ ਜੀ ਹਮ ਅੱਛਾ ਉਹ ਤਰੀਕਾ ਮੈਨੂੰ ਬਹੁਤ ਠੀਕ ਲੱਗਿਆ ਜੀ ਉਹ ਤਰੀਕਾ ਠੀਕ ਲੱਗਿਆ ਜੀ ਠੀਕ ਹੈ ਤੇ ਅੱਗੇ ਆਪਾਂ ਗੱਲਬਾਤ ਕਰੀਏ ਵੀ ਹੁਣ ਕਿਸੇ ਨੇ ਮੰਨ ਲਓ ਠੀਕ ਆ ਕਿ ਫਾਇਦੇ ਬਹੁਤ ਜ਼ਿਆਦਾ ਬੂਟੇ ਦੇ ਬਹੁਤ ਜ਼ਿਆਦਾ ਤਾਂ ਇਹਨੂੰ ਲਾਉਣਾ ਕਿਵੇਂ ਆ ਕਿਉਂਕਿ ਕਈ ਬੰਦੇ ਹੁੰਦੇ ਆਗੇ ਪਤਾ ਨਹੀਂ ਹੁੰਦਾ ਜਾਂ ਜਗ੍ਹਾ ਲੱਗਦੀ ਆ ਕਿ ਯਾਰ ਵੀ ਜਗ੍ਹਾ ਨਹੀਂ ਹੈਗੀ ਸਾਡੇ ਕੋਲ ਆ ਉਹ ਬਾ ਲਾਉਣ ਦਾ ਕੀ ਤਰੀਕਾ ਇਹਨੂੰ ਬੂਟੇ ਨੂੰ ਇਹਦਾ ਜੀ ਬੜਾ ਸਿੰਪਲ ਤਰੀਕਾ ਹੈ ਕੋਈ ਇਹਨੂੰ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਉਂਦੀ ਨਾ ਇਹਨੂੰ ਕੋਈ ਬਿਮਾਰੀਆਂ ਆਪਣੇ ਪਲਾਂਟ ਲੱਗੇ ਹੋਏ ਦੇਖੋ ਨਾਲ ਝੋਨਾ ਖੜਾ ਹੈ ਵੈਸੇ ਮੈਂ ਇਹ ਚਾਹਣਾ ਵੀ ਖੁਸ਼ਕ ਜਗ੍ਹਾ ਤੇ ਹੋਣ ਇਹ ਵੀ ਪਾਣੀ ਦੇ ਵਿੱਚ ਸੇਮ ਵਾਲੇ ਥਾਂ ਨਾ ਹੋਣ ਤੇ ਠੰਡ ਦੇ ਵਿੱਚ ਬਹੁਤ ਜ਼ਿਆਦਾ ਦੇ ਬਹੁਤ ਜ਼ਿਆਦਾ ਗਰਮੀ 'ਚ ਨਾ ਲਗਾਏ ਜਾਣ ਉਹ ਤਕਰੀਬਨ 2 2.5 ਮਹੀਨੇ ਆਪਣੇ ਨਿਕਲਦੇ ਆ ਬਾਕੀ ਸਾਰਾ ਸਾਲ ਤੁਸੀਂ ਜਦੋਂ ਮਰਜ਼ੀ ਲਗਾ ਸਕਦੇ ਆ ਜਿਹੋ ਜੀ ਮਰਜ਼ੀ ਜ਼ਮੀਨ 'ਚ ਲਾ ਦਿਓ ਇਹਨੂੰ ਨੈਵਰ ਡਾਈ ਕਹਿੰਦੇ ਆ ਅੱਛਾ ਹਾਂ ਕਦੇ ਨਾ ਮਰਨ ਵਾਲਾ ਬੂਟਾ ਹੈ ਜੀ ਇਹ ਤੇ ਜਿੱਥੇ ਵੀ ਲਾ ਦਿਓਗੇ ਕਾਮਯਾਬ ਹੋ ਜਾਊਗਾ अच्छा हां मेरे हिसाब ਨਾਲ ਅਸੀਂ ਰਾਜਸਥਾਨ ਦੇ ਵਿੱਚ ਇਹਦੀ ਸ਼ੁਰੂਆਤ ਕਰੀ ਸੀ ਉੱਥੇ ਦਰਾਖਤ ਹੈ ਮਤਲਬ ਵੇਖਣੇ ਵੀ ਬੜੇ ਮੁਸ਼ਕਲ ਆ ਬਹੁਤ ਦੂਰ ਦੂਰ ਤਾਈਂ ਬੂਟੇ ਖੜੇ ਹੁੰਦੇ ਆ ਜਿਆਦਾਤਰ ਜੰਡੀ ਹੁੰਦੀ ਆ ਤੇ ਉੱਥੇ ਬੜਾ ਆਸਾਨੀ ਨਾਲ ਹੋਇਆ ਤੇ ਬਹੁਤ ਹੀ ਹੋਇਆ ਜੀ ਹਾਂ ਇਹਨੂੰ ਕੋਈ ਪ੍ਰੋਬਲਮ ਨਹੀਂ ਆ ਜੀ ਮਤਲਬ ਪਾਣੀ ਪੂਣੀ ਦੀ ਕੋਈ ਦਿੱਕਤ ਨਹੀਂ ਆ ਇਹ ਕਰ ਸਕਦੇ ਆ ਕਿਉਂਕਿ ਕਈ ਵਾਰੀ ਅਸੀਂ ਖੇਤ ਲਾ ਦਿੰਨੇ ਆ ਜਾਇ ਹੁੰਦਾ ਕਿ ਆਰ ਵੀ ਬੂਟਾ ਪੜੂਆ ਕਿ ਨਹੀਂ ਪੜੂਆ ਪਾਣੀ ਦੇਣਾ ਸੰਭਾਲ ਨਹੀਂ ਕਰਦੇ ਹਾਂ ਸੰਭਾਲ ਨਹੀਂ ਕਰਦੇ ਤਾਂ ਉਹ ਇਹ ਆ ਕਿ ਆਪਣੇ ਬੂਟਾ ਜਿਹੜਾ ਉੱਥੇ ਥੋੜੀ ਸੰਭਾਲਾ ਰੱਖੀ ਤਾਂ ਆਪਣੇ ਬੂਟਾ ਪਾ ਜਾਂਦਾ ਜੀ ਹੋ ਜੀ ਅੱਛਾ ਤੇ ਇੱਕ ਚੀਜ਼ ਹੋਰ ਦੱਸੋ ਇਹਦੇ ਕਾਫੀ ਜਿਹੜਾ ਚੀਜ਼ਾਂ ਨੇ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਪਲੀਮੈਂਟ ਆ ਇਹਦੇ ਵਿੱਚ ਜੇ ਥੋੜਾ ਡਾਟਾ ਤੁਹਾਡੇ ਕੋਲੇ ਹੋਵੇ ਤਾਂ ਉਹ ਵੀ ਸ਼ੇਅਰ ਕਰ ਦਿਓ ਕਿ ਇਹਦੇ ਵਿੱਚ ਹੈ ਕੀ ਕੀ ਚੀਜ਼ ਹੈ ਜਿਹੜੀ ਬੋਡੀ ਨੂੰ ਸਾਡੇ ਨੂੰ ਮਿਲ ਜਾਂਦੀ ਹੈ ਖਾਣ ਨਾਲ ਇਹਦੇ ਸਰ ਵੇਖੋ ਵੀ ਜੇ ਇਹਨੂੰ ਸੁਕਾ ਲਈਏ ਮੈਂ ਸੁੱਕੇ ਦੀ ਗੱਲ ਕਰਦਾ ਹਾਂ ਕਈ ਵੀਰ ਨਾ ਅਲੱਗ ਹੋ ਜਾਂਦੇ ਆ ਜਿਹੜੀ ਗਿੱਲੇ ਪੱਤੇ ਵੀ ਖਾਦੇ ਜਾ ਸਕਦੇ ਆ ਉਹ ਪਰੌਂਠਿਆਂ 'ਚ ਪਾਓ ਚਾਹ ਚਟਨੀ ਬਣਾਓ ਚਾਹ ਸਬਜ਼ੀ 'ਚ ਪਾ ਦਿਓ ਔਰ ਸੁਕਾ ਕੇ ਸੁਕਾ ਕੇ ਉਹਦੀ ਜਿਹੜੀ ਸ਼ਮਤਾ ਹੈ ਜਾਂ ਪਾਵਰ ਆ ਵੱਧ ਜਾਂਦੀ ਹੈ ਕਿਉਂਕਿ ਉਹਦੇ ਪਾਣੀ ਘਟ ਜਾਂਦਾ ਜੇ ਆਪਾਂ ਸੁੱਕੇ ਪੱਤਿਆਂ ਦੀ ਗੱਲ ਕਰੀਏ ਤਾਂ ਸਾਰੇ ਡਾਟੇ ਇਹ ਮੌਜੂਦ ਆ ਤੁਸੀਂ ਇਹ ਵੇਖੋ ਵੀ ਕੇਲੇ ਨਾਲੋਂ 15 ਗੁਣਾ ਵੱਧ ਪੋਟਾਸ਼ੀਅਮ ਇਹਦੇ 'ਚ ਅੱਛਾ ਦੁੱਧ ਨਾਲੋਂ 17 ਗੁਣਾ ਵੱਧ ਕੈਲਸ਼ੀਅਮ ਆ ਸੰਤਰੇ ਨਾਲੋਂ 7 ਗੁਣਾ ਵੱਧ ਵਿਟਾਮਿਨ ਸੀ ਹੈ ਜੀ ਹਮ ਹਰ ਚੀਜ਼ ਇਹ ਜੋ ਆਇਰਨ ਪਾਲਕ ਦਾ ਸਭ ਤੋਂ ਵੱਡਾ ਸੋਰਸ ਹੈ ਪਾਲਕ ਨਾਲੋਂ 25 ਗੁਣਾ ਵੱਧ ਆਇਰਨ ਹੈ ਇਹਦੇ ਵਿੱਚ ਤਾਂ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਇਹਦੇ ਬਾਰੇ ਪੜ੍ਹੋਗੇ ਤਾਂ ਅਸੀਂ ਵੀ ਇਸੇ ਤਰ੍ਹਾਂ ਹੀ ਪੜ੍ਹ ਕੇ ਹੌਲੀ-ਹੌਲੀ ਸਾਨੂੰ ਪਤਾ ਲੱਗਿਆ ਤੇ ਇਹਦਾ ਅਸੀਂ ਪਿੱਛਾ ਕੀਤਾ ਵੀ ਯਾਰ ਵੀ ਇਹ ਬਹੁਤ ਔਰ ਮੈਨੂੰ ਹੈਰਾਨੀ ਵੀ ਗੱਲ ਹੈ ਇੱਕ ਵਾਰ ਸਾਡਾ ਮੈਨੂੰ ਸਟੇਟ ਅਵਾਰਡ ਵੀ ਮਿਲਿਆ ਚੰਗੀ ਖੇਤੀ ਮੈਂ ਰਾਜਸਥਾਨ ਵੀ ਕਰਦਾ ਹਾਂ ਜੀ ਅੱਛਾ ਰਾਜਸਥਾਨ ਦੇ ਵਿੱਚ ਵੀ ਇਹੀ ਫਾਰਮਿੰਗ ਕਰਦੇ ਹਾਂ ਹਾਂਜੀ ਤਾਂ ਜਿਹੜਾ ਸੁੰਦਰਾ ਰਾਜੇ ਨਾਲ ਇੱਕ ਮੀਟਿੰਗ ਸੀ ਸੀਐਮ ਨਾਲ 50 ਉਹਨਾਂ ਨੇ ਫਾਰਮ ਕਿਸੇ ਬੰਦੇ ਨੇ ਇਹਦਾ ਸਵਾਲ ਖੜਾ ਕੀਤਾ ਸੀ ਵੀ ਮੈਂ 40 ਵਿਘੇ ਲਾਏ ਆ ਤੇ ਮੈਂ 40 ਲੱਖ ਰੁਪਇਆ ਕਮਾਰੇ ਆ ਮੈਂ ਨਹੀਂ ਕਲੇਮ ਕਰਦਾ ਵੀ ਇੰਨੇ ਪੈਸੇ ਕੋਈ ਕਮਾਈ ਜਾਂਦਾ ਜਾਂ ਨਹੀਂ ਤਾਂ ਮੈਂ ਉਦੋਂ ਉਹਦਾ ਪਿੱਛਾ ਕੀਤਾ ਵੀ ਇਹਨੇ ਕੀ ਲਗਾਇਆ ਵਿਆ ਤਾਂ ਮੈਨੂੰ ਪੰਜਾਬ ਚੋਂ ਇਹਦਾ ਬੂਟਾ ਹੀ ਨਹੀਂ ਮਿਲਿਆਗਾ ਸਾਡੇ ਗਿੱਦੜਵਾ ਇੱਕ ਨਸਰੀ ਆ ਉੱਥੋਂ ਮੈਨੂੰ ਪੰਜ ਬੂਟੇ ਮਿਲੇ ਸੀ ਦੇਸੀ ਸੁਹਜਣੇ ਦੇ ਫਿਰ ਮੈਂ ਇਹਦਾ ਪਿੱਛਾ ਕਰਕੇ ਹੌਲੀ ਹੌਲੀ ਸਾਨੂੰ 6 ਮਹੀਨੇ ਬਾਅਦ ਅਸੀਂ ਦੋਸਤ ਉੱਥੋਂ ਇਹਦਾ ਬੀ ਲੈ ਕੇ ਆਏ ਗੁਜਰਾਤ ਤੋਂ ਇਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਹੈ ਤਾ ਸੀਐਮ ਨੇ ਵੀ ਇਹ ਗੱਲ ਕਹੀ ਵੀ ਮੇਰੇ ਘਰੇ ਲੱਗਿਆ ਮੈਂ ਇਹਦੀ ਚਾਹ ਵੀ ਬਿਨੀ ਆ ਮੈਂ ਇਹਦੇ ਪੱਤੇ ਵੀ ਖਾਨੀ ਆ ਔਰ ਇਹਦੇ ਮੈਂ ਫਲੀਆਂ ਦੀ ਸਬਜ਼ੀ ਤੇ ਚਾਰ ਵੀ ਖਾਨੀ ਆ ਤਾਂ ਮੈਂ ਫੇਰ ਉਧਰ ਨੂੰ ਅਟਰੈਕਟ ਹੋਇਆ ਵੀ ਇਹ ਕਿਹੜਾ ਪੌਦਾ ਹੋ ਸਕਦਾ ਹੈ ਤੇ ਆਪਣੇ ਪੰਜਾਬ ਚ ਲੈ ਕੇ ਆਈਏ ਕਿ ਕਿਹੜੇ ਸਾਲ ਦੀ ਗੱਲ ਆ ਜਿਹੜਾ ਪੰਜਾਬ ਜਿਹੜੋ ਪੌਦਾ ਨਹੀਂ ਮਿਲੇ ਤੁਹਾਨੂੰ ਇਹ ਇਹ ਤਕਰੀਬਨ 5 ਸਾਲ ਪਹਿਲਾਂ ਦੀ ਗੱਲ ਆ ਸਰ ਅੱਛਾ ਪੰਜਾਬ ਦੇ ਵਿੱਚ ਮਤਲ ਤੁਹਾਨੂੰ ਕਿਤੇ ਪੌਦਾ ਹੀ ਨਹੀਂ ਮਿਲਿਆ ਜੀ ਕੋਈ ਜਾਣਦਾ ਹੀ ਨਹੀਂ ਸੀ ਇਹਦੇ ਬਾਰੇ ਮੈਂ ਸਾਰੀਆਂ ਨਰਸਰੀਆਂ ਸਰਕਾਰੀ ਨਰਸਰੀਆਂ ਤੇ ਗਿਆ ਤਾਂ ਕਿਸੇ ਨੂੰ ਨਹੀਂ ਪਤਾ ਸੀਗਾ ਵੈਸੇ ਇਹ ਪੌਦਾ ਆਪਣਾ ਆਪ ਦਾ ਪੰਜਾਬ ਤੇ ਪਾਕਿਸਤਾਨ ਦਾ ਮਤਲਬ ਦੋਵਾਂ ਪੰਜਾਬਾਂ ਦਾ ਆਪਣਾ ਬੂਟਾ ਹੈ ਇਹ अच्छा ਸਾਡੇ ਪੰਜਾਬ ਦੀ ਇੱਕ ਨਿਸ਼ਾਨੀ ਵੀ ਆ ਬਿਲਕੁਲ ਨਿਸ਼ਾਨੀ ਹੈ ਔਰ ਆਪਣੇ ਝੰਡੂ ਵਾਲਾ ਸਾਡਾ ਦੂਸਰਾ ਪਿੰਡ ਹੈ ਸਾਡੇ ਬਾਪੂ ਜੀ ਹੋਰੀ ਤਿੰਨ ਭਾਈ ਉੱਥੇ ਚਲੇ ਗਏ ਸੀ ਉੱਥੇ ਜ਼ਮੀਨ ਖਰੀਦੀ ਤਾਂ ਮੇਰੇ ਜਿਹੜੇ ਛੋਟੇ ਦਾਦਾ ਜੀ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਇਹ ਆਪਣੇ ਉੱਥੇ ਬੂਟਾ ਹੁੰਦਾ ਸੀ ਸੁਹਾਜਣੇ ਦਾ ਤੇ ਇਹਦੀਆਂ ਫਲੀਆਂ ਅਸੀਂ ਤੋੜ ਕੇ ਉਠਾਂ ਨੂੰ ਪਾਉਂਦੇ ਹੁੰਦੇ ਸੀ ਕਿ ਕਿ ਇਹਦੇ ਬਾਰੇ ਗਿਆਨ ਨਹੀਂ ਸੀ ਤਾਂ ਉਹਨਾਂ ਨੇ ਆਪ ਕਦੇ ਨਹੀਂ ਵਰਤੀਆਂ ਜਾਂ ਉਹਨਾਂ ਨੇ ਪੱਤਿਆਂ ਬਾਰੇ ਨਹੀਂ ਜਾਣਕਾਰੀ ਸੀ ਪਰ ਉਠਾਂ ਨੂੰ ਇਹਦੀਆਂ ਫਲੀਆਂ ਪਾਉਂਦੇ ਹੁੰਦੇ ਸੀ ਤਾਂ ਫਿਰ ਮੈਂ ਆਈਡੀਆ ਲਾਇਆ ਵੀ ਇਹਦੇ ਬੂਟੇ ਹੁਣ ਵੀ ਮਿਲ ਜਾਂਦੇ ਆ ਪੁਰਾਣੀ ਕਿਤੇ ਖੜੇ ਮਿਲ ਜਾਂਦੇ ਆ ਜੀ ਹਾਂ ਇਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਹੈ ਜੀ ਅੱਛਾ ਤੇ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਤੁਸੀਂ ਵੇਖੋ B12 ਇਹਦੇ ਵਿੱਚ ਹੈ ম্যাগਨੀਸ਼ੀਅਮ ਹੈ ਸੇਲੇਨੀਅਮ ਹੈ ਤੁਸੀਂ ਭਰਿਆ ਪਿਆ ਜੀ ਤੁਸੀਂ ਮੜਾ ਜਾ ਸਰਚ ਦਾ ਕਰੋ ਕੋਈ ਇਹਦਾ ਪਿੱਛਾ ਦਾ ਕਰੇ ਕੋਈ ਬੰਦਾ ਜੀ ਇਹਦੇ ਬਾਰੇ ਜਾਨਣਾ ਚਾਵੇ ਤਾਂ ਉਹਦੇ ਕਵਾੜ ਖੁੱਲ ਜਾਣਗੇ ਉਹਨੂੰ ਪਤਾ ਲੱਗ ਜੂਏ ਵੀ ਇਹ ਕੀ ਚੀਜ਼ ਹੈ ਇੱਕ ਮੈਂ ਹੋਰ ਇਥੇ ਬੇਨਤੀ ਕਰਨੀ ਚਾਹਾਂ ਵੀ ਜਦੋਂ ਆਪਾਂ Google ਤੇ ਸਰਚ ਮਾਰਦੇ ਆ ਤਾਂ ਤੁਸੀਂ ਇੱਕ ਗੱਲ ਜ਼ਰੂਰ ਕਰੋ ਵੀ ਮੋਸਟ ਨਿਊਟ੍ਰੀਸ਼ਸ ਪਲਾਂਟ ਇਨ ਦੀ ਵਰਡ ਇੱਕੋ ਸ਼ਬਦ ਪਰ ਉਹ ਤਾਂ ਸਭ ਤੋਂ ਪਹਿਲਾਂ ਅਮਰਿੰਗੇ ਦਾ ਆਊਗਾ ਅੱਛਾ ਸਭ ਤੋਂ ਪਹਿਲਾਂ ਅਮਰਿੰਗਾ ਹੀ ਆਊਗਾ ਸਭ ਤੋਂ ਪਹਿਲਾਂ ਅਮਰਿੰਗਾ ਆਊਗਾ ਔਰ ਇਹ ਦੂ ਵੱਡੀ ਗੱਲ ਮੈਂ ਕੀ ਕਹਿ ਸਕਦਾ ਜੀ ਹੂੰ ਜਿਹੜਾ ਦੁਨੀਆ 'ਚ ਸਭ ਤੋਂ ਵੱਧ ਨਿਊਟ੍ਰੀਸ਼ੀਅਸ ਪਲਾਂਟ ਆ ਇਸ ਤਰ੍ਹਾਂ ਦਾ ਕੋਈ ਪੌਦਾ ਨਹੀਂਗਾ ਜਿਹਦੀਆਂ ਫਲੀਆਂ ਵੀ ਕੰਮ ਆਉਣ ਜਿਹਦੇ ਫੁੱਲਾਂ ਦੀ ਵੀ ਸਬਜ਼ੀ ਬਣੇ ਜਿਹਦੀ ਜੜ ਵੀ ਕੰਮ ਆਵੇ ਜਿਹਦੀ ਛਿਲ ਵੀ ਕੰਮ ਆਵੇ ਜਿਹਦੀ ਮਤਲਬ ਫਲੀ ਦੇ ਬੀਅ ਜਿਹੜੇ ਉਹਦਾ ਤੇਲ ਵੀ ਨਿਕਲੇ ਠੀਕ ਹੈ ਜੀ ਜਿਹਦਾ ਮਤਲਬ ਗੂੰਦ ਵੀ ਕੰਮ ਆਵੇ ਇਸ ਤਰ੍ਹਾਂ ਦਾ ਕੋਈ ਬੂਟਾ ਆਪਣੇ ਕੋਲੇ ਹੈ ਨਹੀਂਗਾ ਜੀ ਅੱਛਾ ਜੀ ਤੇ ਤੁਸੀਂ ਜਿਹੜਾ ਨਾਲ-ਨਾਲ ਬੂਟੇ ਵੀ ਵੰਡਦੇ ਹੋ ਹਨਾ ਇਹ ਮਤਲਬ ਕਿਸ ਤਰ੍ਹਾਂ ਦੇ ਨਾਲ ਮੰਨ ਲਓ ਕੋਈ ਬੰਦਾ ਤੁਹਾਡੇ ਤੱਕ ਕਿੱਦਾਂ ਕੰਟੈਕਟ ਕਰੇ ਜਾਂ ਕਿੱਦਾਂ ਤੁਸੀਂ ਉਹ ਕੀ ਪ੍ਰੋਸੀਜਰ ਕੀ ਆਉਦਾ ਉਹਦਾ ਸਰ ਸਿੰਪਲੀ ਹੈ ਮੈਂ ਕੋਈ ਵੈਸੇ ਅਸੀਂ ਪਲਾਂਟ ਟਰੀ ਸਾਡਾ ਇੱਕ ਐਨ ਜੀਓ ਬਠਿੰਡਾ ਦੇ ਨਾਤੇ ਅਸੀਂ ਕੰਮ ਕਰਦੇ ਆ ਉਹਦੇ ਵਿੱਚ ਸਰਦਾਰ ਕਰਨੈਲ ਸਿੰਘ ਮਾਨ ਸਾਡੇ ਚੇਅਰਮੈਨ ਨੇ ਔਰ ਰਿਟਾਇਰਡ ਚੀਫ ਨੇ ਬਿਜਲੀ ਬੋਰਡ ਚੋਂ ਸਰਦਾਰ ਹਦੀਪ ਸਿੰਘ ਸਿੱਧੂ ਨੇ ਐਡੀਸ਼ਨਲ ਐਸਸੀ ਨੇ ਆ ਆਪਣੇ ਡਾਕਟਰ ਅਨਿਲ ਗੋਏ ਨੇ ਐਸਐਮਓ ਗੋਨੇਆਣਾ ਨੇ ਇਸ ਤਰ੍ਹਾਂ ਦੇ ਮਤਲਬ ਸਿਆਣੇ ਸੂਝਵਾਨ ਬੰਦਿਆਂ ਦਾ ਇੱਕ ਗਰੁੱਪ ਬਣਿਆ ਹੋਇਆ ਅਸੀਂ ਤਾਂ ਉਹਦੇ ਵਿੱਚ ਨਾ ਚੀਜ਼ ਬੰਦੇ ਸ਼ਾਮਲ ਹੋਏ ਹੋਏ ਆ ਤਾਂ ਅਸੀਂ ਇਹ ਬੂਟੇ ਬਹੁਤ ਲਾਉਣੇ ਆ ਪਲਾਂਟੇਸ਼ਨ ਅਸੀਂ ਬਹੁਤ ਕਰੀ ਹੈ ਆਪਦੇ ਐਨਜੀਓ ਦੇ ਤਰੋ ਤਾਂ ਇੱਥੇ ਜਦੋਂ ਅਸੀਂ ਆਪਦੇ ਹਲਕੇ ਦੇ ਵਿੱਚ ਗਿੱਦੜਵੇ ਦੇ ਨੇੜੇ ਤੜੇ ਦੇ ਪਿੰਡ ਜਿੱਥੇ ਮੇਰੀ ਜਾਨਸ਼ਾਨਾ ਮੈਂ ਕੰਮ ਕਰਦਾ ਤਾਂ ਮੈਂ ਨਿੱਜੀ ਤੌਰ ਤੇ ਆਪਦੇ ਘਰੇ ਪੈਦਾ ਕਰਦਾ ਮੇਰੇ ਸਹਿਯੋਗੀ ਹੈ ਅਗਰ ਮੇਲ ਖਿੜਕੀਆਂ ਵਾਲਾ ਠੀਕ ਹੈ ਜੀ ਮੇਰਾ ਛੋਟਾ ਭਰਾ ਹੈ ਕੰਮ ਆਪਣਾ ਸਾਰਾ ਸੰਭਾਲਦਾ ਹੈ ਤਾਂ ਮੈਂ ਉਦੋਂ ਕੋਸ਼ਿਸ਼ ਕਰਦਾ ਸੀਗਾ ਵੀ ਮੈਂ ਇਹਨਾਂ ਨੂੰ ਬੀਜ ਲਿਆ ਦੇਣੇ ਥੈਲੀਆਂ ਲਿਆ ਦੇਣੀਆਂ ਤਾਂ ਅਸੀਂ ਭਰ ਕੇ ਇਹਦੇ ਕੋਲੇ ਆਟੋ ਆ ਮੈਂ ਥੋੜੇ ਜਿਹੇ ਪੈਸੇ ਇਹਨੂੰ ਖਰਚਾ ਖਰਚਾ ਦੇ ਦਿੰਦਾ ਤੇ ਫ੍ਰੀ ਵੰਡੇ ਆਉਂਦਾ ਸੀਗਾ ਜੀ ਅੱਛਾ ਇਸ ਤਰ੍ਹਾਂ ਅਸੀਂ ਇਹਦੀ ਮੇਰੇ ਹਿਸਾਬ ਨਾਲ ਵੀ ਅਸੀਂ 30 40000 ਪਾਦਾ ਤਾਂ ਅਸੀਂ ਵੰਡ ਹੀ ਚੁੱਕੇ ਹਾਂ ਹੁਣ ਤੱਕ ਹੁਣ ਤੱਕ ਜੀ ਤੇ ਅਜੇ ਵੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਹੁਣ ਮੇਰਾ ਦੋਸਤ ਆ ਉੱਥੇ ਮੁਕਸਰ ਨਰਸਰੀ ਤੇ ਐਤਕੀ ਮਤਲਬ ਬੀਜ ਨਹੀਂ ਲਿਆ ਸਕੇ ਥੋੜੇ ਸੀ ਤਾਂ ਮੈਂ ਨਰਸਰੀ ਅੱਛਾ ਮੰਨ ਲਓ ਕੋਈ ਬੰਦਾ ਜਿਹੜਾ ਕਮਰਸ਼ੀਅਲ ਤੌਰ ਦੇ ਉੱਤੇ ਚਾਹੁੰਦਾ ਕਿ ਮੈਂ ਇਹਨੂੰ ਵਪਾਰਕ ਤੌਰ ਦੇ ਉੱਤੇ ਖੇਤੀ ਕਰਾਂ ਹਾਂਜੀ ਤਾਂ ਉਹ ਬੰਦਾ ਕਿਸ ਤਰ੍ਹਾਂ ਨਾਲ ਸ਼ੁਰੂ ਕਰੇ ਤੇ ਕਿਵੇਂ ਮਤਲਬ ਆਮਦਨ ਕਿਸ ਤਰ੍ਹਾਂ ਨਾਲ ਲਾਊਗਾ ਥੋੜਾ ਜਿਹਾ ਠੀਕ ਹੈ ਵੈਸੇ ਲੰਬਾ ਹੋ ਜਾਏਗਾ ਪਰ ਥੋੜਾ ਜਿਹਾ ਫਿਰ ਮੈਂ ਤੁਹਾਡੀ ਗੱਲ ਸਮਝ ਗਿਆ ਮਾਨ ਸਾਹਿਬ ਤੁਹਾਡਾ ਬਹੁਤ ਹੀ ਇਹ ਕੀਮਤੀ ਸਵਾਲ ਹੈ ਨਾ ਹਰ ਬੰਦੇ ਦਾ ਮੈਨੂੰ ਇੱਕ ਸਾਡੇ ਆਪਣੀ ਖੇਤੀ ਦੇ ਚੈਨਲ ਨਾਲ ਵੀ ਅਸੀਂ ਮੇਰੀ ਇੰਟਰਵਿਊ ਹੋਈ ਮੇਰੇ ਦੋਸਤ ਨੇ ਤਾਂ ਉਹਨਾਂ ਨੇ ਵੀ ਮੈਨੂੰ ਇਹ ਸਵਾਲ ਕਰਿਆ ਸੀ ਵੀ ਜੇ ਬਰਾੜ ਸਾਹਿਬ ਇੰਨਾ ਕੀਮਤੀ ਪੌਦਾ ਤੇ ਇਹਦੀ ਅਜੇ ਤੱਕ ਖੇਤੀ ਕਿਉਂ ਨਹੀਂ ਸ਼ੁਰੂ ਹੋਈ ਇੱਕ ਤਾਂ ਆਪਣੇ ਜ਼ਮੀਨਾਂ ਬਹੁਤ ਕੀਮਤੀ ਹੈ ਤੇ ਇੱਥੇ ਆਮਦਨ ਜ਼ਿਆਦਾ ਹੈ ਜੀ ਇੱਥੇ ਲੋਕ ਨਹੀਂ ਲਾਉਂਦੇਗੇ ਜਿਵੇਂ ਅਸੀਂ ਵੀ ਰਾਜਸਥਾਨ ਸ਼ੁਰੂ ਕਰਿਆ ਦਾ ਦੂਸਰਾ ਇਹ ਹੈ ਵੀ ਇਹਦੀ ਮਾਰਕੀਟਿੰਗ ਹੈ ਨਹੀਂ ਬਿਲਕੁਲ ਹੀ ਹੈ ਨਹੀਂ ਜੀ ਤੁਸੀਂ ਖੁਦ ਹੀ ਇਹਦੀ ਮਾਰਕੀਟਿੰਗ ਕਰ ਸਕਦੇ ਆ ਆਪਣੇ ਬਾਜ਼ਾਰਾਂ ਦੇ ਵਿੱਚ ਫਲੀਆਂ ਇਹਦੀਆਂ ਵਿਕਦੀਆਂ ਬਹੁਤ ਵਿਕਦੀਆਂ ਹਮ ਠੀਕ ਹੈ ਫੁੱਲਾਂ ਦੀ ਸਬਜ਼ੀ ਹੈ 100 ਰੁਪਏ ਕਿਲੋ ਫੁੱਲ ਵਿਕਦੇ ਆ ਇਹਦੇ ਜੀ ਤੁਸੀਂ ਇਹ ਵੇਖੋ ਵੀ ਇਹਦੀ ਪੱਤੇ ਸਕਾ ਕੇ ਇਹਦੀ ਮਾਰਕੀਟਿੰਗ ਮਤਲਬ ਜੇ ਸਾਰਾ ਯੂਨਿਟ ਲਾਉਣਾ ਹੋਵੇ ਤਾਂ 10 ਲੱਖ ਦੀ ਮਸ਼ੀਨਰੀ ਨਹੀਂਗੀ ਹਮ ਉਹਦੇ ਮਤਲਬ ਸਣ ਨੂੰ ਸਕਾਉਣ ਵਾਲੀ ਤੇ ਗੁੜੀਆਂ ਬਣਾਉਣ ਵਾਲੀ ਔਰ ਜਿਹੜੇ ਇਹਦੀ ਪ੍ਰੋਸੈਸਿੰਗ ਕਰਨ ਵਾਲੀ ਤਾਂ ਇਹਨੂੰ ਛੋਟੇ ਪੱਧਰ ਤੇ ਲੈ ਕੇ ਇੱਕ ਕਿਸਾਨਾਂ ਦਾ ਸਮੂਹ ਬਣ ਜਾਵੇ ਤੇ ਉਹ ਇਸ ਨੂੰ ਸ਼ੁਰੂ ਕਰਨ ਤਾਂ ਇਹ ਕਾਮਯਾਬ ਹੈ ਜੀ ਇਹਦਾ ਕਿਤੇ ਵੀ ਵੇਚੋ ਤੁਸੀਂ ਤੇ ਮਾਰਕੀਟ ਤੁਸੀਂ ਗੂਗਲ ਤੇ ਸਰਚ ਮਾਰੋ ਜਾਂ ਕਿਤੇ ਹੋਰ ਕਿਸੇ ਵੀ ਕੰਪਨੀ ਤੋਂ ਲੈਣ ਦੀ ਕੋਸ਼ਿਸ਼ ਕਰੋ ਤਾਂ ਭਰਿਆ ਪਿਆ ਇੰਨਾ ਇਹਦਾ ਮਤਲਬ ਘੱਟੋ ਘੱਟ 30 ਪ੍ਰੋਡਕਟੇ ਦੇ ਆਉਂਦੇ ਹੁਣ ਜੀ ਇਹ ਵਿਕਰੀ ਜੀ ਵੀ ਪੈਂਦਾ ਹੈ ਠੀਕ ਹੈ ਜੀ ਇਹ ਪਸ਼ੂਆਂ ਦੀ ਖਰਾਕ ਚ ਵੀ ਪੈਂਦਾ ਹੈ ਇਹ ਦਵਾਈਆਂ ਜੀ ਵੀ ਪੈਂਦਾ ਹੈ ਇਹ ਹਰ ਚੀਜ਼ ਦੇ ਵਿੱਚ ਕੰਮ ਆ ਰਿਹਾ ਤਾਂ ਤੁਸੀਂ ਵੇਖੋ ਵੀ ਕੋਸਮੈਟਿਕ ਦੇ ਵਿੱਚ ਵੀ ਆਉਂਦਾ ਹੈ ਅ ਮਤਲਬ ਇਹਨੂੰ ਤੁਸੀਂ ਕਿਤੇ ਵੀ ਵਰ ਸਕਦੇ ਆ ਤਾਂ ਜਿਵੇਂ ਮੇਰੇ ਇੱਕ ਦੋਸਤ ਹੈ ਮੈਂ ਤੁਹਾਡਾ ਥੋੜਾ ਉਸ ਦੋ ਸਾਲ ਪਿੱਛੇ हट ਗਿਆ ਕਿਉਂਕਿ ਮੇਰੇ ਪਰਿਵਾਰਕ ਕੋਈ ਮਜਬੂਰੀਆਂ ਹੋ ਗਈਆਂ ਸੀ ਡੈਥ ਵਗੈਰਾ ਹੋ ਗਈਆਂ ਤਾਂ ਮੈਂ ਥੋੜਾ ਇਹਨੂੰ ਇਹਨੂੰ ਇੱਕ ਮੇਰੇ ਦੋਸਤ ਸੀਗੇ ਅਸੀਂ ਇਕੱਠਿਆਂ ਨੇ ਕੰਮ ਕਰਿਆ ਸੀ ਉਹਨਾਂ ਨੇ 25 ਵਿੱਗੇ ਇਹਨੂੰ ਪਾਲ ਕੇ ਉਹ ਸਕਸੈਸਫੁਲੀ ਚਲਾ ਰਹੇ ਆ ਉਹਨਾਂ ਨੇ ਇਹਦਾ ਇਹਨੂੰ ਪੱਤੇ ਸਕਾਉਣ ਵਾਸਤੇ ਡ੍ਰੈਰ ਲਾਇਆ ਹੋਇਆ ਤੇ 120 25 ਰੁਪਏ ਕਿਲੋ ਦੇ ਪੱਤੇ ਵਿਖਰੇ ਆ ਉਹਨਾਂ ਦੇ ਜੀ ਫਲੀਆਂ ਵੀ ਉਹ ਵੇਚਦੇ ਨੇ ਦਿੱਲੀ ਭੇਜ ਦਿੰਦੇ ਨੇ ਜਿੱਥੇ ਵੀ ਭੇਜਣੀ ਆ ਹੂੰ ਨਾ ਇਹਦਾ ਮਾਰਕੀਟਿੰਗ ਹੋ ਜਾਂਦੀ ਹੈ ਪਰ ਕਰਨੀ ਖੁਦ ਪੈਣੀ ਹੈ ਕੰਪਨੀਆਂ ਨੇ ਨਾ ਪਹਿਲਾਂ ਆਪਣਾ ਕਦੇ ਕੋਈ ਸਵਾਰਿਆ ਦੇ ਨਾ ਹੁਣ ਸਵਾਰਨੇ ਇਹਦਾ ਕਿਸਾਨ ਨੂੰ ਛੋਟੇ ਕਿਸਾਨ ਨੂੰ ਭੁੱਲ ਜਾਣਾ ਚਾਹੀਦਾ ਹੈ ਵੀ ਆਪਣਾ ਕੋਈ ਸਮਾਨ ਲੈ ਕੇ ਜਾਊਗਾ ਤੇ ਆਪਾਂ ਨੂੰ ਉਹ ਮੇਰੇ ਇਹ ਤਜਰਬਾ ਹੋਇਆ ਮਾਫੀ ਦਾ ਇੱਕ ਜਿਹੜਾ ਬੀਬਾ ਹਰਸਨਬੀਰ ਜੀ ਦਾ ਡਿਪਾਰਟਮੈਂਟ ਹੈ ਦਾ ਮੇਲਾ ਲੱਗਿਆ ਸੀ ਦਿੱਲੀ ਜੀ ਫੂਡ ਪ੍ਰੋਸੈਸਿੰਗ ਦਾ ਹੀ ਸੀਗਾ ਤੇ ਮੈਂ ਉੱਥੇ ਗਿਆ ਸੀਗਾ ਤੇ ਉੱਥੇ ਇਹਦੇ ਡੱਬਾ ਬੰਦ ਸਬਜ਼ੀ ਸੀਗੀ ਸਵਾਂਜਣੇ ਦੀਆਂ ਫਲੀਆਂ ਦੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਅਸੀਂ ਸਵਾਦਨ ਜਿਦਾਂ ਫ੍ਰੋਜ਼ਨ ਫੂਡ ਆ ਜਾਂਦੇ ਹਾਂ ਆ ਫ੍ਰੋਜ਼ਨ ਫੂਡ ਆਉਂਦਾ ਜੀ ਹੈਨਾ ਉਹ ਮੈਨੂੰ ਸਭ ਤੋਂ ਅਲੱਗ ਚੀਜ਼ ਲੱਗੀ ਬਾਕੀ ਪਾਊਡਰ ਗੋਲੀਆਂ ਉਹ ਸਾਰਾ ਕੁਝ ਸੀਗਾ ਤਾਂ ਮੈਂ ਉਹਨਾਂ ਨਾਲ ਜ਼ਿਕਰ ਕੀਤਾ ਉਹ ਤਮਨ ਲਾਡੂ ਦੀ ਕੰਪਨੀ ਸੀ ਮੈਂ ਕਿਹਾ ਸਾਰ ਅਸੀਂ ਜੇ ਤੁਹਾਨੂੰ ਫਲੀਆਂ ਦੇਣੀਆਂ ਚਾਹੋ ਤਾਂ ਕਿਵੇਂ ਲੈ ਸਕਦੇ ਹਾਂ ਕਿਸਾਨ ਇਕੱਠੇ ਹੋ ਗਏ ਅਸੀਂ ਕਈ ਯਾਰ ਦੋਸਤਾਂ 10 15 ਜਣੇ ਹੋ ਗਏ ਆ ਅਸੀਂ ਇਸ ਕੰਮ ਵਾਲੇ ਤਾਂ ਉਹ ਕਹਿੰਦੇ ਜੀ ਮੈਨੂੰ ਉਹ ਬੰਦਾ ਬੜਾ ਚੰਗਾ ਸੀਗਾ ਉਹਨਾਂ ਦਾ ਕੋਈ ਮਤਲਬ ਉਹ ਇੰਪਲਾਈ ਹੋਊਗਾ ਉਹ ਕਹਿੰਦੇ ਸਰਦਾਰ ਜੀ ਵੀ ਤੁਸੀਂ ਹਿੰਦੀ ਚ ਬੋਲਿਆ ਉਹਨਾਂ ਅਸੀਂ ਤਾਂ ਜਦੋਂ 5 ਰੁਪਏ ਕਿਲੋ ਰਹਿ ਜਾਂਦੀਆਂ ਉਦੋਂ ਖਰੀਦਣੀਆਂ ਇਹਦੇ ਡੱਬਾ ਬੰਦ ਕਰ ਦੇਣੀਆਂ। ਤੇ ਤੁਸੀਂ ਆਪ ਦਾ ਇਂਤਜ਼ਾਮ ਆਫ ਕਰੋ। ਸੋ ਇਹ ਇਹ ਤਾਂ ਹੈ ਮਤਲਬ ਵੈਸੇ ਹੁਣ ਮੈਨੂੰ ਪਤਾ ਲੱਗਿਆ ਵੀ ਰਾਜਪੁਰੇ ਦੇ ਨੇੜੇ ਕੋਈ ਪਲਾਂਟ ਲੱਗ ਰਿਹਾ ਠੀਕ ਹੈ ਸਰਦਾਰ ਹਰਦਿਆਲ ਸਿੰਘ ਕਰਿਆਲਾ ਨੇ ਹਨਾ ਉਹ ਮਤਲਬ ਇਹਦਾ ਬਹੁਤ ਪ੍ਰਚਾਰ ਕਰ ਰਹੇ ਨੇ ਉਹ ਵੀ ਮੇਰੇ ਨੇੜੇ ਤੇੜੇ ਜੀ ਉਹਨਾਂ ਨੇ ਸ਼ੁਰੂਆਤ ਕਰੀ ਸੀ ਕੱਲ ਹੀ ਮੇਰੀ ਮਤਲਬ ਫੋਨ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਪਹਿਲਾਂ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਸੀਗੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਪਲਾਂਟ ਲੱਗ ਰਿਹਾ ਔਰ ਉਹ ਚਾਹਣਗੇ ਵੀ ਇਹਦੀ ਪ੍ਰੋਸੈਸਿੰਗ ਦਾ ਪਲਾਂਟ ਲੱਗ ਰਿਹਾ ਬਾਕੀ ਸਰਦਾਰ ਕਮਲਜੀਤ ਸਿੰਘ ਹੇਰ ਨੇ ਮਤਲਬ ਕੁਦਰਤੀ ਖੇਤੀ ਦੇ ਸਾਡੇ ਸਾਡੇ ਸਾਰੇ ਏਰੀਏ ਦੇ ਮਤਲਬ ਸਰਮੌਰ ਬੰਦੇ ਨੇ ਵਕੀਲ ਨੇ ਮੇਰੇ ਦੋਸਤ ਨੇ ਇਕੱਠੇ ਪੜੇ ਆ ਅਸੀਂ ਉਹਨਾਂ ਨੇ ਬਹੁਤ ਕੰਮ ਕਰਿਆ ਇਹਦੇ ਤੇ ਵੀ ਕਰਦੇ ਆ ਔਰ ਕੁਦਰਤੀ ਖੇਤੀ ਤੇ ਬੜਾ ਸੋਹਣਾ ਕੰਮ ਕਰਿਆ ਹਨਾ ਮੈਂ ਸਲੂਟ ਕਰਦਾ ਉਸ ਬੰਦੇ ਨੂੰ ਜਿੰਨਾ ਉਹਨੇ ਮਤਲਬ ਸਾਡਾ ਮਾਣ ਵੀ ਵਧਾਇਆ ਔਰ ਸਾਨੂੰ ਸਿਹਤ ਦਿੱਤੀ ਔਰ ਕੱਲਾ ਬੰਦਾ ਉਧਰ ਉਧਰ ਰਿਆਂ ਗੂ ਚਮਕਦਾ ਆਪਾਂ ਦੇਖੋ ਕੋਈ ਬੰਦਾ ਇਸ ਚੀਜ਼ ਨੂੰ ਅਡਾਪਟ ਨਹੀਂ ਕਰ ਰਿਹਾ ਉਹਨੇ ਆਪਦੀ ਨਿੱਜੀ ਜ਼ਮੀਨ ਮਤਲਬ 25 30 ਕਿਲੇ ਇਸ ਰਾਹ ਪੈ ਕੇ ਔਰ ਆਪ ਮਿਹਨਤ ਕਰਕੇ ਲੋਕਾਂ ਨੂੰ ਦੱਸਿਆ ਵੀ ਇਹ ਰਾਹ ਆਪਣੀ ਕਾਮਯਾਬੀ ਦਾ ਤੇ ਪੰਜਾਬ ਨੂੰ ਬਚਾਉਣ ਦਾ ਹੂੰ ਬੜੇ ਅੱਛੇ ਮੈਂ ਉਹਨਾਂ ਦਾ ਵਿਜ਼ਿਟ ਕੀਤਾ ਪ੍ਰੋਪਰ ਫਾਰਮ ਤਾਂ ਬੜਾ ਸ਼ਾਨਦਾਰ ਲੱਗਾ ਉਹਨਾਂ ਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਅੱਛਾ ਤੇ ਇੱਕ ਚੀਜ਼ ਹੋਰ ਆ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਉਂਕਿ ਜਦੋਂ ਅਸੀਂ ਸ਼ੁਰੂਆਤ ਕੀਤੀ ਹੋਈ ਹੈ ਨਾ ਤਾਂ ਉਹ ਸ਼ੁਰੂਆਤ ਫਿਰ ਕਿਵੇਂ ਹੋਈ ਸੀ ਕੋਈ ਕਿਸੇ ਸੱਜਣ ਮਿੱਤਰ ਨੂੰ ਜਾਂ ਕਿਸੇ ਹੋਰ ਨੂੰ ਕੋਈ ਬਿਮਾਰੀ ਸੀ ਉਸ ਤੋਂ ਹੋਈ ਹੈ ਕਿਵੇਂ ਹੋਈ ਸੀ ਜੀ ਨਹੀਂ ਸਰ ਇਹ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਸੀਐਮ ਦੇ ਮਤਲਬ ਮੀਟਿੰਗ ਸੀਗੀ ਤਾਂ ਉੱਥੋਂ ਮੈਨੂੰ ਇਹਦੀ ਜਾਣਕਾਰੀ ਮਿਲੀ ਮੈਂ ਖੋਜ ਕਰੀ ਇਹਨਾਂ ਦੀ ਯੂਨੀਵਰਸਿਟੀ ਜੀ ਮੈਂ ਠਹਿਰਿਆ ਸੀ ਰਾਤ ਨੂੰ ਜਿਹੜਾ ਜੈਪੁਰ ਯੂਨੀਵਰਸਿਟੀ ਸੀ ਐਗਰੀਕ ਉਹ 팀 ਹੈ ਜਿਹੜੇ ਇਹਨਾਂ ਦੇ ਹੈਡ ਸੀਗੇ ਮਤਲਬ ਬਾਗਬਾਨੀ ਦੇ ਉਹਨਾਂ ਕੋਲ ਗਿਆ ਮੈਂ ਐਕਚੁਅਲ ਉੱਥੇ ਐਲੋਵੀਰਾ ਦਾ ਪਤਾ ਕਰਨ ਗਿਆ ਸੀ ਉਹ ਮੈਨੂੰ ਆਹਦੇ ਸਰਦਾਰ ਜੀ ਛੱਡੋ ਇਹਦਾ ਕੋਈ ਸਕੋਪ ਨਹੀਂਗਾ ਤੁਸੀਂ ਆ ਚੀਜ਼ ਕਰੋ ਮੈਂ ਕਿਹਾ ਜੀ ਇਹ ਕੱਲ ਮੀਟਿੰਗ ਜੀ ਵੀ ਮੈਨੂੰ ਪਤਾ ਲੱਗਿਆ ਮੈਨੂੰ ਦੱਸੋ ਤਾਂ ਸ੍ਰੀ ਵੀ ਹੈ ਕਿ ਕਿੱਥੋਂ ਮਿਲੂਗਾ ਉੱਥੋਂ ਫਿਰ ਇਹਦੀ ਸ਼ੁਰੂਆਤ ਹੋਈ ਫਿਰ ਅਸੀਂ ਜਦੋਂ ਮੈਨੂੰ ਨਾ ਪੌਦੇ ਮਿਲੇ ਮੈਂ ਖੋਜ ਕਰਦਾ ਰਿਹਾ ਫਿਰ ਉਹ ਦੋਸਤਾਂ ਨੇ ਮੈਨੂੰ ਦੱਸਿਆ ਨੇ ਯਾਰ ਤੁਸੀਂ ਇਹ ਟਰਾਈ ਕਰਨਾ ਚਾਹੋਗੇ ਮੈਂ ਖੈਰ ਮੈਂ ਤਾਂ ਪਾਲਦਾ ਫਿਰਦਾ ਤਾਂ ਤੇ ਅਸੀਂ ਫਿਰ ਉਹਦਾ ਬੀਜ ਲਿਆ ਕੇ ਇਦੀ ਸ਼ੁਰੂਆਤ ਕੀਤੀ ਅੱਛਾ ਕਿਸੇ ਸੱਜਣ ਮਿੱਤਰ ਨੇ ਜਾਂ ਕੋਈ ਖਾਸ ক্লোਜ਼ ਬੰਦੇ ਨੇ ਇਹ ਜਿਹੜਾ ਕਿਸੇ ਬੰਬਾਰੀ ਤੋਂ ਖਾਦਾ ਹੋਵੇ ਉਹਨੂੰ ਫਰਕ ਪਿਆ ਹੋਵੇ ਕੋਈ ਇਸ ਤਰ੍ਹਾਂ ਦੀ ਐਗਜ਼ਾਮਪਲ ਤੁਹਾਡੇ ਤੇ ਜੈਨ ਇਸ ਤਰ੍ਹਾਂ ਦੀਆਂ ਬਹੁਤ ਐਗਜ਼ਾਮਪਲ ਹੈ ਜੀ ਹਨਾ ਜਿਵੇਂ ਮੇਰੇ ਇੱਕ ਦੋਸਤ ਨੇ ਚੰਡੀਗੜ੍ਹ ਤਾਂ ਉਹਨਾਂ ਨੂੰ ਹਮੇਸ਼ਾ ਜਿਵੇਂ ਰੀਵਾਈਟਲ ਹੈਗਾ ਛੋਟੇ ਤਤਾਂ ਉਹਨਾਂ ਦੇ ਉਹ ਕੱਢਦੇ ਆ ਉਹ ਇੱਕ ਦਿਨ ਵੀ ਕੈਪਸੂਲ ਨਾਲ ਲੈਣ ਤਾਂ ਉਹ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਉਹ ਰੀਵਾਈਟਲ ਨੂੰ ਛੱਡ ਕੇ ਤਾਂ ਉਹ ਸਵਾਜਣਾ ਲੈਣਾ ਸ਼ੁਰੂ ਕਰਤਾ ਉਹਨਾਂ ਨੇ ਉਹ ਬਿਲਕੁਲ ਤੰਦਰੁਸਤ ਨੇ ਅੱਗੇ ਨੋ ਫਿਟ ਨੇ ਰੀਵਾਈਟਲ ਉਹਨਾਂ ਨੇ ਰਿਪਲੇਸ ਕਰਤਾ ਜੀ ਠੀਕ ਹੈ ਰਾਈਟਲ ਦੀ ਜਗ੍ਹਾ ਤੇ ਰਿਪਲੇਸ ਕਰਕੇ ਸਮਝਣ ਦਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਛੋਟੇ ਦਾਦੇ ਨੇ ਪੜੇ ਲਿਖੇ ਨੇ ਹਨਾ ਉਹਨਾਂ ਨੇ ਪਿੱਛਾ ਕਰਿਆ ਸੀ ਤੇ ਖੋਜ ਕਰੀ ਹੈ ਔਰ ਅਸੀਂ ਇਕੱਠੇ ਆ ਸਾਥ ਵੀ ਦਿੰਦੇ ਆ ਸਾਡਾ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਇੰਟਰਵਿਊ ਦੇ ਵਿੱਚ ਦੱਸਦਾ ਉਹਨਾਂ ਵੀ ਜਿਵੇਂ ਮਾਤਾ ਜੀ ਦੇ 슈ਗਰ ਲੋ ਹੋ ਜਾਂਦਾ ਹੱਡ ਪੈਰ ਦੁਖਣ ਲੱਗ ਜਾਂਦੇ ਆ ਹਨਾ ਜੀ ਤਾਂ ਉਹ ਟੈਬਲੇਟ ਲੈਂਦੇ ਆ ਠੀਕ ਹੁੰਦੇ ਆ ਉਹਦੇ ਨਾਲ ਤੰਦਰੁਸਤੀ ਹੋ ਜਾਂਦੀ ਆ ਥੋੜੇ ਸੌਖੇ ਹੋ ਜਾਂਦੇ ਆ ਠੀਕ ਹੈ ਜੀ ਜਿਵੇਂ ਇੱਕ ਵਾਰ ਮੈਂ ਪਲਾਂਟ ਦੇਣ ਗਿਆ ਸੀ ਗੁਰਦੁਆਰਾ ਸਾਹਿਬ ਬਹਿਮਣਪਿੰਡ ਆ ਸਾਡੇ ਬਠਿੰਡੇ ਦੇ ਨਾਲ ਤਾਂ ਉੱਥੇ ਜਿਹੜੇ ਉਹਨਾਂ ਨੇ ਨਿੰਮ ਮੰਗਾਏ ਸੀ ਮੈਂ 100 ਬੂਟੇ ਉੱਥੇ ਦੇ ਕੇ ਆਇਆ ਜੀ ਤੇ ਜਿਹੜੇ ਗ੍ਰੰਥੀ ਸਿੰਘ ਸੀਗੇ ਉਹਨਾਂ ਨੇ ਮੈਨੂੰ ਕਿਹਾ ਬਾਈ ਜੀ ਸੁਹਾਜਣੇ ਦਾ ਬੂਟਾ ਤੇ ਮੈਂ ਹੱਸ ਪਿਆ ਨਾ ਜੀ ਮੈਂ ਕਿਹਾ ਜੀ ਮੈਂ ਤਾਂ ਕਰਦਾ ਹੀ ਇਹ ਕੰਮ ਤਾਂ ਕਹਿੰਦੇ ਜੀ ਅਸੀਂ ਮੇਰੇ ਛੋਟੇ ਹੁੰਦੇ ਦੇ ਸਾਈਕਲ ਦਾ ਹੈਂਡਲ ਵੱਜ ਗਿਆ ਸੀ ਤਾਂ ਮੇਰੇ ਗੰਡ ਬਣ ਗਈ ਸੀ ਤਾਂ ਉਹ ਮੈਨੂੰ ਸਾਰਿਆਂ ਨੇ ਕਿਹਾ ਵੀ ਆਪਰੇਸ਼ਨ ਕਰਾ ਦੇ ਪਰ ਕਿਸੇ ਨੇ ਮੈਨੂੰ ਦੱਸਿਆ ਹੁਣ ਵੀ ਤੂੰ ਸੁਹਾਂਜਣੇ ਦੇ ਗਿੱਲੇ ਪੱਤੇ ਬੰਨਿਆ ਕਰ ਤਾਂ ਮੈਂ ਆਂਦਾ 20 ਦਿਨ ਬੰਨੇ ਬਾਈ ਜੀ ਮੇਰੀ ਸੱਚ ਜਾਣੇ ਉਹ ਗੰਢ ਖੁਰਗੀ ਮੈਂ ਉਹ ਬੁੱਟੇ ਲਮਾਉਣੇ ਆ अच्छा सो ਇਸ ਤਰ੍ਹਾਂ ਦੀਆਂ अनेका ਮਸਾਲਾ ਨੇ ਵੀਡੀਓ ਲੰਬੀ ਹੋ ਜੂਗੀ ਹਨਾ ਜੀ ਮਤਲਬ ਕਿਸੇ ਨੇ ਕੋਈ ਰਿਜ਼ਲਟ ਲਿਆ ਗਠੀਏ ਤੋਂ ਮਤਲਬ ਬਹੁਤ ਬੰਦੇ ਠੀਕ ਹੋਏ ਐ ਔਰ ਹੋਰ ਵੇਖੋ ਨਸ਼ੇ ਵਾਲੇ ਬੰਦਿਆਂ ਨੂੰ ਇਹ ਠੀਕ ਕਰਦਾ ਮੈਂ بڑے ਬੰਦਿਆਂ ਨੂੰ ਦਿੰਦਾ ਜਿਹੜੇ ਨਸ਼ੇ ਵਾਲੇ ਬੰਦੇ ਮਿਲ ਜਾਂਦੇ ਐ ਮੈਂ ਉਹਨੂੰ ਕਹਿਣਾ ਯਾਰ ਵੀ ਤੁਸੀਂ ਥੋੜਾ ਥੋੜਾ ਪੋਸਟ ਘਟਾਈ ਜਾਓ ਤੇ ਵਧਾਈ ਜਾਓ ਅੱਜ ਵੀ ਇਹ ਤੁਹਾਨੂੰ ਪਤਾ ਉਲਾਮਤ ਪੰਜਾਬ ਦੇ ਵਿੱਚ ਆ ਚੁੱਕੀ ਐ ਤਾਂ ਉਹ ਇਹ ਥੋੜਾ ਬਹੁਤ ਇਹ ਵਿੱਚ ਮਿਕਸ ਕਰਕੇ ਲੈਣ ਲੱਗ ਜਾਂਦੇ ਤੇ ਉਹਨੂੰ ਘਟਾਉਣ ਲੱਗ ਜਾਂਦੇ ਆ ਮੰਨ ਲਓ ਜੇ ਕੋਈ ਬੰਦਾ ਨਸ਼ੇੜੀ ਆ ਤਾਂ ਜੇ ਉਹ ਇਹਦੀ ਡੋਜ਼ ਸ਼ੁਰੂ ਕਰ ਦਿੰਦਾ ਪਰ ਉਹਦਾ ਉਹਦੀ ਇੱਛਾ ਹੋਣੀ ਚਾਹੀਦੀ ਹੈ ਹਨਾ ਜੀ ਇਹ ਉਹਦੇ ਪਿੱਛੇ ਕੋਈ ਉਹਦਾ ਸਾਥ ਦੇਣ ਵਾਲਾ ਸਾਥੀ ਹੋਣਾ ਚਾਹੀਦਾ ਮੰਨ ਲਓ ਇਹ ਨਹੀਂ ਵੀ ਆਪਾਂ ਦੀ ਨਸ਼ੇ ਦੀ ਤੋੜਾ ਤਾਂ ਉਹ ਵੀ ਥਾਂ ਤੇ ਇਹ ਲੈ ਲਓ ਨਾ 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 ਜੀ ਫਿਰ ਉਹ ਤੰਗ ਹੋਣਗੇ ਹਨਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਉਹ ਨਸ਼ੇ ਚੋਂ ਬਾਹਰ ਹੋ ਗਏ ਅੱਛਾ ਕਿਉਂਕਿ ਇਹਦੇ ਦੀ ਤਾਕਤ ਹੀ ਨਹੀਂ ਜ਼ਿਆਦਾ ਜੀ ਹੂੰ ਠੀਕ ਹੈ ਜੀ ਇਹਨੂੰ ਜਿਵੇਂ ਇਹਦਾ ਤੇਲ ਹੈ ਹਨਾ ਜੀ ਤੇਲ ਨਿਕਲਦਾ ਹੈ 30% ਦਾ 35 ਜਿਵੇਂ ਆਪਣੇ ਸਰੋਂ ਨਿਕਲਦੀ ਹੈ ਹੂੰ ਕੋਲਡ ਪ੍ਰੈਸ ਦੀ ਹੈ ਮਤਲਬ ਸਿੱਧਾ ਕੋਲੂ ਤੇ ਇਹਨੂੰ ਤੇਲ ਕੱਢਣਾ ਹੈ ਇਹਦਾ अच्छा ਜਿਵੇਂ ਸਰੋਂ ਨਿਕਲਦੀ ਹੈ ਉਸੇ ਤਰ੍ਹਾਂ ਉਸੇ ਤਰ੍ਹਾਂ ਹੀ ਨਿਕਲਦਾ ਜੀ ਹੈਨਾ ਤਾਂ ਤੁਸੀਂ ਇਹ ਵੇਖੋ ਵੀ ਇਹਦਾ ਕੰਪਨੀਆਂ ਨੇ ਰੇਟ ਤੁਸੀਂ ਕੱਲ ਨੂੰ ਵੀ ਸਰਚ ਕਰਕੇ ਖੁਦ ਵੀ ਵੇਖੋ ਮਾਨ ਸਾਹਿਬ ਵੀ 6-6000 ਰੁਪਿਆ ਲੀਟਰ 250 ਐਮਐਲ ਦਾ ਮਤਲਬ 15-1500 ਰੁਪਿਆ ਰੇਟ ਕੰਪਨੀਆਂ ਇਹਦੇ ਕਲੇਮ ਮੰਗ ਰਹੀਆਂ ਹਨ ਮਤਲਬ ਮੰਗ ਰੰਗਾ ਨੇ ਠੀਕ ਹੈ ਤੇਲ ਕਿੱਥੇ-ਕਿੱਥੇ ਕੰਮ ਆਉਂਦਾਗਾ ਇਹਦਾ ਸਰ ਵੈਸੇ ਇਹਦਾ ਖਾਣ ਆਸਤੇ ਸਭ ਤੋਂ ਚੰਗਾ ਹੈ ਪਾਰੇ ਦਾ ਜਿਹੜਾ ਕਿ ਆਪਾਂ ਰਫਾਈਂਡੀ ਜਗ੍ਹਾ ਦੇ ਉੱਤੇ ਰਿਪਲੇਸ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਜਿਵੇਂ ਆਪਾਂ 올ਿਵ ਦਾ ਤੇਲ ਯੂਜ਼ ਕਰਨ ਲੱਗ ਪਈਆਂ ਠਿਓ ਹੈ ਦੇਸੀ ਤੇ ਸਰੋਂ ਦਾ ਤੇਲ ਹੈ ਤੇ ਖੋਪੇ ਦਾ ਤੇਲ ਹੈ ਨਾ ਆ ਚਾਰ ਚੀਜ਼ਾਂ ਆਪਣੇ ਆਸਤੇ ਬਹੁਤ ਠੀਕ ਹੈ ਰਿਪਲੇਸ ਕਰਦੇ ਰਹਿਣਾ ਚਾਹੀਦਾ ਵੀ ਦੋ ਮਹੀਨਿਆਂ ਤੋਂ ਕੋਦੇ ਚੇਂਜ ਕਰ ਲਓ ਇਹ ਇਹ ਸਭ ਤੋਂ ਵਧੀਆ ਪਰ ਇਹ ਖਾਈਏ ਕਿਵੇਂ ਜੀ ਮਿਲਦਾ ਅਵੇਲੇਬਿਲਟੀ ਹੈ ਨਹੀਂ ਇਹਦੀ ਮਹਿੰਗਾ ਬਹੁਤ ਜ਼ਿਆਦਾ ਹੈ ਜਿਵੇਂ ਹੁਣ ਕੋਈ ਬੰਦਾ ਆਪਾਂ ਨੂੰ ਕਹਦੇ ਵੀ ਤੂੰ ਬਦਾਮਾਂ ਦਾ ਤੇਲ ਖਾ ਤਾਂ ਕਿਸੇ ਥਾਂ ਤੇ ਜਿਵੇਂ ਕੈਲੀਫੋਰਨੀਆ ਜੁnde ਉੱਥੇ ਬਦਾਮਾਂ ਦਾ ਤੇਲ ਵੀ ਸਸਤਾ ਹੋਊਗਾ ਹੂੰ ਇਹ ਕਰਕੇ ਮਤਲਬ ਇਹਦੀ ਅਵੇਲੇਬਿਲਟੀ ਘਟ ਹੈ ਵੈਸੇ ਇਹ ਬਹੁਤ ਚੰਗਾ ਹੈ ਇਹ ਮਹਿੰਗੀਆਂ ਕੜੀਆਂ ਨੂੰ ਆਇਲਿੰਗ ਕਰਨ ਦੇ ਕੰਮ ਆਉਂਦਾ ਹੈ ਅੱਛਾ ਜੀ ਬਜੀ ਲਾਸਟ ਸਵਾਲ ਵੀ ਜਿਹੜਾ ਬੰਦਾ ਕੋਈ ਮੋਟੀਵੇਟ ਹੋ ਕੇ ਸ਼ੁਰੂ ਕਰਦਾ ਇਹ ਖੇਤੀ ਹਾਂਜੀ ਤਾਂ ਉਹ ਕਿਵੇਂ ਸ਼ੁਰੂ ਕਰੇ ਮਤਲਬ ਵੀ ਕੁਝ ਬੂਟੇ ਲਾ ਕੇ ਕਰੇ ਹਾਂਜੀ ਜਾਂ ਕਿਸ ਤਰ੍ਹਾਂ ਦੇ ਨਾਲ ਕਰੇ ਸਰ ਮੈਂ ਇਹ ਕਹਿਣਾ ਚਾਹੁੰਦਾ ਵੀ ਦੋ ਤਰ੍ਹਾਂ ਦੇ ਬੂਟੇ ਆ ਇਹ ਹਾਈਬ੍ਰਿਡ ਵੀ ਆ ਦੇਸੀ ਵੀ ਆ ਦੇਸੀ ਬੂਟਾ ਟੁੱਟਦਾ ਨਹੀਂਗਾ ਇਹ ਹਾਈਬ੍ਰਿਡ ਟੁੱਟ ਬਹੁਤ ਛੇਤੀ ਜਾਂਦਾ ਕੱਚਾ ਬਹੁਤ ਹੁੰਦਾ ਇਹਦੀ ਇਹੀ ਡਰਾਬੈਕ ਹੈ ਹੂੰ ਉਹਨੂੰ ਪੱਤੇ ਬਹੁਤ ਜ਼ਿਆਦਾ ਆਉਂਦੇ ਆ ਦੇਸੀ ਨੂੰ ਤੇ ਹਾਈਬ੍ਰਿਡ ਦੇ ਪੱਤੇ ਘੱਟ ਹੁੰਦੇ ਆ ਪਰ ਫਲੀਆਂ ਦੇ ਫੁੱਲ ਬਹੁਤ ਜ਼ਿਆਦਾ ਆਉਂਦਾ ਇਹਨਾਂ ਦੋਆਂ ਨੂੰ ਇੱਕੋ ਜਿਹੀ ਰੇਸ਼ਿਓ ਚ ਲਾਓ ਪੱਤੇ ਉਹਦੇ ਤੋਂ ਜ਼ਿਆਦਾ ਲਾਓ ਕੌੜਾ ਬਹੁਤ ਹੁੰਦਾ ਹੈ ਦੇਸੀ ਫਲੀਆਂ ਖਾਣੀਆਂ ਔਖੀਆਂ ਲੱਗਦੀਆਂ ਚਾਰਤਾ ਪੈ ਜਾਂਦਾ ਜੀ ਹਨਾ ਤੇ ਹਾਈਬ੍ਰਿਡ ਵੀ ਨਾਲ ਲਾਓ ਮੈਂ ਇਹ ਕਹਿਣਾ ਵੀ ਤੁਸੀਂ ਜੇ ਨਰਮੇ ਵਾਲੇ ਖੇਤ ਹੈ ਉਹਦੀਆਂ ਵਟਾਂ ਤੇ ਲਾ ਲਓ ਇਹ ਕੋਈ ਨੁਕਸਾਨ ਨਹੀਂ ਕਰਦਾ ਇਹਦੀਆਂ ਜੜਾਂ ਤੱਕ ਫਸਲ ਹੋਊਗੀ ਆ ਤੁਸੀਂ ਇੱਥੇ ਵੇਖ ਲਿਓ ਲੱਗਿਆ ਤਾਂ ਕਿਤੇ ਕੋਈ ਨੁਕਸਾਨ ਨੁਕਾ ਦਿਓ ਹਨਾ ਦੂਸਰਾ ਇਹ ਹੈ ਵੀ ਆਪਣੇ ਖਾਲੀ ਜਗ੍ਹਾ ਪਈਆਂ ਉੱਥੋਂ ਸ਼ੁਰੂਆਤ ਕਰਨ ਵੀ ਆਪਦੀ ਕੀਮਤੀ ਜ਼ਮੀਨ ਨਾ ਰੋਕਣ ਪਰ ਇਹਦੀ ਸ਼ੁਰੂਆਤ ਜ਼ਰੂਰ ਕਰਨ ਔਰ ਆਪ ਹੀ ਇਹਦੀ ਮਾਰਕੀਟਿੰਗ ਕਰਨ ਅੱਛਾ ਇਹ ਕਿਸੇ ਸਟੇਜ ਤੇ ਵੀ ਕੰਮ ਆ ਸਕਦਾ ਜੇ ਛੋਟੀ ਫਲੀ ਹੈ ਉਹਨੂੰ ਉਸ ਵੇਲੇ ਤੋੜ ਕੇ ਭੇਜ ਦਿਓ ਜੇ ਨਹੀਂ ਵਿਗਦੀ ਤਾਂ ਉਹਨੂੰ ਪਕਾ ਲਓ ਉਹਦੇ ਵੀ ਕੱਢ ਲਓ ਹਮ ਠੀਕ ਹੈ ਜੀ ਪਹਿਲਾਂ ਪੱਤੇ ਤੋੜ ਲਓ ਜਿੱਥੇ ਵੀ ਜੋ ਚੀਜ਼ ਪਹਿਲਾਂ ਉਦੋਂ ਪਹਿਲਾਂ ਫੁੱਲ ਤੋੜ ਲਓ ਜੇ ਫੁੱਲ ਨਹੀਂ ਟੁੱਟੇ ਤਾਂ ਫਲੀਆਂ ਫਲੀਆਂ ਨਹੀਂ ਤਾਂ ਪਕਾ ਲਓ ਹਮ ਇਸ ਤਰ੍ਹਾਂ ਦਾ ਕੋਈ ਬੂਟਾ ਨਹੀਂ ਹੁਣ ਕਿੰਨੂੰ ਪੱਕ ਜੇ ਤਾਂ ਆਪਣੇ ਕਿਸੇ ਕੰਮ ਨਹੀਂ ਆਉਂਦਾ ਡਿੱਗੂਗਾ ਜੀ ਹਮ ਹਾਂਜੀ ਜੀ ਬਹੁਤ ਬਹੁਤ ਮਿਹਰਬਾਨੀ ਬ੍ਰਾਹਟ ਸਾਹਿਬ ਤੁਸੀਂ ਟਾਈਮ ਦਿੱਤਾ ਤੁਹਾਡਾ ਬੜਾ ਬੜਾ ਧੰਨਵਾਦ ਜੀ ਔਰ ਦੁਬਾਰਾ ਕਿਸੇ ਦਿਨ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਤੋਂ ਫਿਰ ਦੁਬਾਰਾ ਨਵੀਂ ਜਾਣਕਾਰੀ ਜਿਹੜੀ ਲੈ ਕੇ ਸੁਰਉਤਿਆਂ ਨਾਲ ਸਾਂਝੀ ਕਰਾਂਗੇ ਹਾਂਜੀ ਬਹੁਤ ਧੰਨਵਾਦ ਤੁਹਾਡਾ ਮਾਨ ਸਾਹਿਬ ਕਮਲਜੀਤ ਜੀ ਸਾਡੇ ਕੈਮਰਾ ਦੇ ਬੈਕ ਤੇ ਰਹਿ ਜਾਂਦੇ ਨੇ ਹਮੇਸ਼ਾ ਪਰਦੇ ਦੇ ਪਿੱਛੇ ਕੰਮ ਕਰਦੇ ਨੇ ਬੜੇ ਚੰਗੀ ਰੂਹ ਨੇ ਮੇਰੀ ਇਹ ਬੇਨਤੀ ਹੈ ਵੀ ਸਾਰੇ ਬੰਦੇ ਹਰ ਘਰ ਚ ਦੋ ਦੋ ਬੂਟੇ ਦੇ ਜਰੂਰ ਲਾਉਣ ਠੀਕ ਹੈ ਜੀ ਸਾਡਾ ਕੰਮ ਹੈ ਪਲਾਂਟੇਸ਼ਨ ਦਾ ਵੀ ਕੋਈ ਐਸਾ ਬੂਟਾ ਲੈ ਕੇ ਆਓ ਜਾਂ ਤਾਂ ਉਹ ਧਰਮਨਾ ਜੋੜ ਦਿਓ ਜੀ ਪੀਪਲ ਹੋਵੇ ਤਾਂ ਲੋਕ ਤਾਂ ਲਾ ਲੈਂਦੇ ਆ ਜਾਂ ਲਾਲਚਨਾ ਜੋੜ ਦਿਓ ਇਹ ਲਾਲਚ ਇਹਦੇ ਚ ਬਹੁਤ ਹੈ ਠੀਕ ਹੈ ਜੀ ਔਰ ਚੰਗਾ ਵੀ ਬਹੁਤ ਹੈ ਇਸੇ ਕਰਕੇ ਕਾਮਯਾਬ ਹੋ ਸਕਦਾ ਇਹਨੂੰ ਬੂਟੇ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਸਾਡਾ ਕੰਮ ਤੁਸੀਂ ਸਾਡੀ ਪ੍ਰੋਮੋਸ਼ਨ 'ਚ ਹਿੱਸਾ ਪਾਉਣੇ ਹੋ ਮੈਂ ਤੁਹਾਡਾ ਬਹੁਤ ਧੰਨਵਾਦੀ ਜੀ ਜੀ ਬਹੁਤ ਬਹੁਤ ਮਿਹਰਬਾਨੀ ਸੋ ਇਹ ਸਨ ਖੁਸ਼ਵਿੰਦਰ ਸਿੰਘ ਬਰਾੜ ਜਿਨ੍ਹਾਂ ਨੇ ਦੱਸਿਆ ਕਿ ਸੌਂਜਣੇ ਦੇ ਕੀ ਫਾਇਦੇ ਨੇ ਕਿਸ ਤਰ੍ਹਾਂ ਦੇ ਨਾਲ ਅਸੀਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ ਜਾਂ ਵਰਤ ਕੇ ਹੈ ਜਿਹੜਾ ਉਹ ਵੱਡੀਆਂ ਵੱਡੇ ਰੋਗ ਨੇ ਜਿਹੜੀਆਂ ਜਾਂ ਵੱਡੀਆਂ ਬਿਮਾਰੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਸਾਨੂੰ ਅੱਜਕੱਲ ਜਕੜਿਆ ਹੋਇਆ ਆਮ ਹੀ ਹਰ ਇੱਕ ਦੂਸਰਾ ਤੀਸਰਾ ਬੰਦਾ ਜਿਹੜਾ ਉਹ ਜਿਹੜਾ ਇਹਨਾਂ ਬਿਮਾਰੀਆਂ ਨੇ ਜਕੜ ਰੱਖਿਆ ਉਹ ਤੋਂ ਛੁਟਕਾਰਾ ਪਾ ਸਕਦੇ ਆ ਸੋ ਪੰਜਾਬ ਲੋਕ ਮੱਲ ਟੀਵੀ ਟੀਮ ਦੀ ਵੀ ਪੂਰੀ ਗੁਜਾਰਿਸ਼ ਹੈ ਤੁਹਾਨੂੰ ਕਿ ਤੁਸੀਂ 20 ਸੰਜਣੇ ਦਾ ਬੂਟਾ ਜਿਹੜਾ ਉਹ ਜ਼ਰੂਰ ਲਾਓ ਤੇ ਇਹਦਾ ਫਾਇਦਾ ਲਓ ਸਤਿ ਸ਼੍ਰੀ ਅਕਾਲ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ